सत श्री अकाल दोस्तों, मैं दर्शन सिंह दर्शक चर्चा प्रोग्राम लैके हाजिर हाँ। पंजाब विचों नशे खत्म करने के लिए असी नित अरदास करते हैं, अरदास करते हैं कि जिहड़े मामा दे पुत चिट्टा खा खा के मरते ने, चिट्टे दे इंजैक्शन ला ला के मरते ने, उन्हां नूं बचाया जाए। इस मुद्दे नूं लैके कई दहाकों तो सियासत होंदी जा रही है। ਉਹ ਸਿਆਸਤ ਪ੍ਰਵਾਨ ਤਾਂ ਚੜ ਜਾਂਦੀ ਹੈ ਪਰ ਨਸ਼ੇ ਖਤਮ ਨਹੀਂ ਹੁੰਦੇ ਹੈਗੇ ਤੇ ਉਹੀ ਹਾਲਾਤ ਜੇਕਰ ਅਕਾਲੀਆਂ ਦੇ ਮੌਕੇ ਮਾੜੇ ਹਾਲਾਤ ਸੀਗੇ ਤਾਂ ਕਾਂਗਰਸ ਦੇ ਮੌਕੇ ਵੀ ਉਹੀ ਹਾਲਾਤ ਚੱਲਦੇ ਆ ਰਹੇ ਨੇ। ਹੁਣ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੇ ਨੂੰ ਵੀ ਤਕਰੀਬਨ 2.5 ਸਾਲ ਹੋ ਚੁੱਕੇ ਨੇ ਤੇ ਹੁਣ ਵੀ ਉਸੇ ਤਰੀਕੇ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਪਤਾ ਲੱਗਦਾ ਹੈ ਕਿ ਸਰਿੰਜ ਨਸ ਦੇ ਵਿੱਚ ਹੈ, ਇਕੱਲੇ ਇਕੱਲੇ ਪੁੱਤ ਨੇ ਤੇ ਘਰਾਂ ਦੇ ਘਰ ਉੱਜੜ ਰਹੇ ਨੇ। ਉੱਜੜਦੇ ਘਰਾਂ ਨੂੰ ਦੇਖ ਕੇ ਪਰਿਵਾਰਾਂ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਨੇ, ਪੰਜਾਬ ਖਾਲੀ ਹੁੰਦਾ ਜਾ ਰਿਹਾ ਹੈ। ਅਰਦਾਸ ਜਦੋਂ ਅਸੀਂ ਕਰਦੇ ਹਾਂ ਤਾਂ ਕਦੇ ਨਾ ਕਦੇ ਅਰਦਾਸ ਲੱਗ ਜਾਂਦੀ ਹੈ ਤੇ ਜਿਸ ਕਾਮਨਾ ਵਾਸਤੇ ਅਸੀਂ ਕਰਦੇ ਹਾਂ ਤੇ ਉਹ ਅਰਦਾਸ ਜਦੋਂ ਪੂਰੀ ਚੜ੍ਹ ਜਾਂਦੀ ਹੈ ਤਾਂ ਸਾਡਾ ਜੀਵਨ ਬਦਲ ਜਾਂਦਾ ਹੈ। ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਕੱਲ੍ਹ ਨੂੰ 35,000 ਵਿਦਿਆਰਥੀਆਂ ਨੂੰ ਲੈ ਕੇ ਦਰਬਾਰ ਸਾਹਿਬ ਅਰਦਾਸ ਕਰਨ ਜਾ ਰਹੇ ਨੇ ਕਿ ਪੰਜਾਬ ਨੂੰ ਬਚਾਇਆ ਜਾਵੇ, ਇਹਨਾਂ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਦੇ ਉੱਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਇਹ ਨਸ਼ੇ ਨੇ ਜਿਹੜੇ ਹੈਗੇ ਆ ਉਸਨੇ ਸਾਡਾ ਪੰਜਾਬ ਬਹੁਤ ਬੁਰੀ ਤਰੀਕੇ ਨਾਲ ਬਰਬਾਦ ਕਰ ਦਿੱਤਾ ਹੈ। ਆਸ ਕਰਦੇ ਹਾਂ, ਅਸੀਂ ਵੀ ਅਰਦਾਸ ਕਰਦੇ ਹਾਂ ਕਿ ਜਿਸ ਜਦੋਂ ਭਗਵੰਤ ਮਾਨ ਬੱਚਿਆਂ ਦੇ ਨਾਲ ਅਰਦਾਸ ਕਰਨਗੇ ਤਾਂ ਇਹ ਅਰਦਾਸ ਪ੍ਰਵਾਨ ਹੋਣੀ ਚਾਹੀਦੀ ਹੈ, ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਣੇ ਚਾਹੀਦੇ ਹੈ। ਇਸ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਅੱਜ ਇਸ ਮੁੱਦੇ ਨੂੰ ਲੈ ਕੇ ਆਪਾਂ ਚਰਚਾ ਕਰ ਰਹੇ ਹਾਂ। ਚਰਚਾ ਕਰਨ ਦੇ ਲਈ ਸਾਡੇ ਵਿੱਚ ਮੌਜੂਦ ਨੇ ਭਾਰਤੀ ਜਨਤਾ ਪਾਰਟੀ ਤੋਂ ਅਮਰਜੀਤ ਸਿੰਘ ਥਿੰਦ, ਆਮ ਆਦਮੀ ਪਾਰਟੀ ਤੋਂ ਐਡਵੋਕੇਟ ਬਿਕਰਮਜੀਤ ਸਿੰਘ ਪਾਸੀ, ਅਨਾਇਤ ਫਾਊਂਡੇਸ਼ਨ ਦੇ ਚੇਅਰਮੈਨ ਸਮਾਜ ਸੇਵਕ ਗੌਰਵ ਸੰਧੂ ਜੀ, ਪੱਤਰਕਾਰ ਤੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ, ਇਸੇ ਤਰੀਕੇ ਦੇ ਨਾਲ ਸਾਡੇ ਵਿੱਚ ਮੌਜੂਦ ਨੇ ਪ੍ਰਿੰਸੀਪਲ ਕੇਵਲ ਸਿੰਘ ਰਤੜਾ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਰਤਨਾ ਸਾਹਿਬ, ਪਹਿਲਾਂ ਤੁਹਾਡੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਭਗਵੰਤ ਮਾਨ ਹੋਣੇ 35,000 ਵਿਦਿਆਰਥੀਆਂ ਨੂੰ ਲਿਜਾ ਕੇ ਅਰਦਾਸ ਕਰਨ ਲੱਗੇ ਆ। ਉਸ ਅਰਦਾਸ ਨੂੰ ਅਸੀਂ ਚਾਹੁੰਦੇ ਹਾਂ ਕਿ ਉਹ ਪ੍ਰਵਾਨ ਚੜ੍ਹਨੀ ਚਾਹੀਦੀ ਹੈ, ਪੰਜਾਬ ਬਚਣਾ ਚਾਹੀਦਾ ਹੈ। ਤੁਸੀਂ ਇਸ ਸੰਬੰਧੀ ਚ ਕੀ ਕਹੋਗੇ? ਦਰਸ਼ਕ ਸਾਹਿਬ ਤੇ ਮੇਰੇ ਨਾਲ ਬੈਠੇ ਪੈਨਲ ਦੇ ਸਾਥੀਓ, ਕੁਝ ਦਿਨਾਂ ਤੋਂ ਇਹ ਗੱਲ ਅਖਬਾਰਾਂ ਦੇ ਵਿੱਚ ਮੀਡੀਆ ਰਾਹੀਂ ਵੀ ਚਰਚਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਐਡੀਸ਼ਨਲ DGP ਰੈਂਕ ਦੇ ਕਮਿਸ਼ਨਰ ਆਫ ਪੁਲਿਸ ਨੇ ਸਰਦਾਰ ਨੌਨਿਹਾਲ ਸਿੰਘ ਜੀ, ਉਹ ਇੱਕ ਇਸ ਤਰ੍ਹਾਂ ਦਾ ਸਕੂਲੀ ਤੇ ਕਾਲਜ ਵਾਲੇ ਬੱਚਿਆਂ ਨੂੰ ਨਾਲ ਲੈ ਕੇ ਇੱਕ ਮੁਹਿੰਮ ਸ਼ੁਰੂ ਕਰ ਰਹੇ ਨੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਿਮੰਦਰ ਸਾਹਿਬ ਜੀ ਤੋਂ ਉਹ ਆਸ਼ੀਰਵਾਦ ਲੈ ਕੇ ਉੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਤੇ ਉਹਨਾਂ ਨੇ ਇਸ ਮੁਹਿੰਮ ਦਾ ਆਗਾਜ਼ ਕਰਨਾ ਹੈ। ਬੜਾ ਬੜਾ ਚੰਗਾ ਲੱਗਿਆ ਕਿ ਜਦੋਂ ਐਡੀ ਵੱਡੀ ਇੱਕ ਸਮੱਸਿਆ ਹੈ ਜਿਹਦੇ ਨਾਲ ਹੁਣ ਤੱਕ ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਪੰਜਾਬੀ ਜੂਝਦੇ ਆ ਰਹੇ ਨੇ, ਲੇਕਿਨ ਉਹਨਾਂ ਇਸ ਸਮੱਸਿਆ ਦਾ ਕੋਈ ਵੀ ਕਿਸੇ ਪਾਸੇ ਕਿਸੇ ਇਸ ਰੱਸੇ ਦੀ ਜਿਹੜੀ ਹੈ ਇਹਦਾ ਸਿਰਾ ਨਹੀਂ ਸੀ ਕਿਸੇ ਦੇ ਹੱਥ ਆ ਰਿਹਾ। ਤੋ ਇੱਕ ਬਹੁਤ ਅੱਛਾ ਇੱਕ ਇਨੀਸ਼ੀਏਟਿਵ ਹੈ। ਮੈਂ ਆਪਣੇ ਤੌਰ ਉੱਤੇ ਮੰਨਦਾ ਹਾਂ ਕਿ ਜਦੋਂ ਅਸੀਂ ਨੈਗੇਟਿਵਿਟੀ ਦੇ ਵਿੱਚ ਦਰਸ਼ਕ ਸਾਹਿਬ ਪੋਜ਼ਿਟਿਵਿਟੀ ਖਿਲਾਰਨੀ ਸ਼ੁਰੂ ਕਰ ਦਈਏ ਤੇ ਹੌਲੀ ਹੌਲੀ ਕਰਕੇ ਨੈਗੇਟਿਵਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ। ਮੈਂ ਇੱਥੇ ਇੱਕ ਗੱਲ ਬੜੇ ਜ਼ੋਰ ਦੇ ਕੇ ਕਹੂੰਗਾ ਕਿ ਜਿਹੜੀ ਜਵਾਨੀ ਹੁੰਦੀ ਹੈ ਉਹਨੂੰ ਅਗਰ ਅਸੀਂ ਸਿੱਧੇ ਪਾਸੇ ਲਾ ਦਈਏ ਤੇ ਉਹ ਪੁੱਠੇ ਪਾਸੇ ਜਾਣੋ ਰੁਕ ਜਾਊਗੀ। ਨਸ਼ਾ ਜਿਹੜਾ ਹੈ ਉਹ ਉਹਨੂੰ ਇਹ ਕੋਈ ਜੱਦੀ ਪੁਸ਼ਤੀ ਨਹੀਂ ਹੈ ਕਿ ਜਿਹਦਾ ਦਾਦਾ ਨਸ਼ਾ ਕਰਦਾ ਸੀ ਉਹਦਾ ਪੋਤਾ ਵੀ ਨਸ਼ਾ ਜ਼ਰੂਰ ਕਰੂਗਾ। ਕਈ ਬਹੁਤ ਸਾਰੇ ਇਹੋ ਜਿਹੇ ਬੱਚੇ ਵੀ ਇਸ ਵਾਰੀ ਸਾਹਮਣੇ ਆਏ ਆ ਜਿਹੜੇ ਰੀਸੈਂਟਲੀ ਜਿਹੜੇ PCS
ਜੁਡੀਸ਼ਰੀ ਦੇ ਵਿੱਚ ਜਿਨ੍ਹਾਂ ਨੇ ਸਿਵਲ ਜੱਜ ਦਾ ਟੈਸਟ ਕਲੀਅਰ ਕੀਤਾ ਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਇੰਨਾ ਜ਼ਿਆਦਾ ਇੰਟਰਸਟ ਨਹੀਂ ਸੀ ਲੈਂਦੇ ਉਹਨਾਂ ਦੀ ਪੜ੍ਹਾਈ ਦੇ ਵਿੱਚ, ਲੇਕਿਨ ਬੱਚਿਆਂ ਨੇ ਫਿਰ ਵੀ ਜਿਹੜਾ ਹੈਗਾ ਉੱਥੇ ਬਹੁਤ ਵਧੀਆ ਕਾਰਗੁਜ਼ਾਰੀ ਸ਼ੋ ਕਰਕੇ ਆਪਣਾ ਸਥਾਨ ਬਣਾਇਆ। ਜਿਸ ਤਰ੍ਹਾਂ ਪੰਜਾਬ ਸਰਕਾਰ ਬੇਰੁਜ਼ਗਾਰੀ ਦੇ ਨਾਲ ਇੱਕ ਪਾਸੇ ਲੜ ਰਹੀ ਹੈ, ਲਗਾਤਾਰ ਨੌਕਰੀਆਂ ਜਿਹੜੀਆਂ ਕੱਢੀਆਂ ਜਾ ਰਹੀਆਂ, ਇਹਦਾ ਵੀ ਇੱਕ ਚੰਗਾ ਪ੍ਰਭਾਵ ਜਿਹੜਾ ਹੈ ਉਹ ਭਗਵੰਤ ਮਾਨ ਸਰਕਾਰ ਦਾ ਸਮਾਜ ਦੇ ਵੱਲ ਦੇ ਪਾਸੇ ਨੂੰ ਗਿਆ। ਬੱਚਿਆਂ ਨੂੰ ਇਹ ਲੱਗਿਆ ਕਿ ਅਸੀਂ ਆਪਣੇ ਆਪ ਨੂੰ ਫਿਜ਼ੀਕਲ ਫਿੱਟ ਕਰਾਂਗੇ ਤਾਂ ਪੰਜਾਬ ਪੁਲਿਸ ਵਿੱਚ ਜਾਂ ਬਾਕੀ ਹੋਰ ਵੀ ਜਿਹੜੇ ਨੀਮ ਪੁਲਿਸ ਬਲ ਹੈ, ਫੌਜੀ ਹੈ, ਉਧਰਲੇ ਪਾਸੇ ਅਸੀਂ ਜਾ ਸਕਦੇ ਹਾਂ। ਬਹੁਤ ਚੰਗੀ ਗੱਲ ਹੈ ਕਿ ਗੁਰੂ ਘਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਹ ਮੁਹਿੰਮ ਸ਼ੁਰੂ ਹੋ ਰਹੀ ਹੈ। ਅਸਲ ਵਿੱਚ ਇਹ ਸਾਰੀ ਮੁਹਿੰਮ ਜਿਹੜੀ ਹੈ, ਇਸ ਦੇ ਬਾਅਦ ਸਾਰੇ ਜ਼ਿਲ੍ਹਿਆਂ ਦੇ ਵਿੱਚ SSP ਸਾਹਿਬ ਉਹਨਾਂ ਨੇ ਵੀ ਇਸ ਨੂੰ ਇਨੀਸ਼ੀਏਟਿਵ ਇਹਦਾ ਲੈਣਾ ਹੈ। ਔਰ ਬਹੁਤ ਹੀ ਆਸਵੰਦੀ ਹੈ ਗੱਲ ਇਹ ਕਿ ਇਹ ਅੱਗੇ ਚੱਲ ਕੇ ਇਹਦਾ ਇਹਦੀ ਜਿਹੜੀ ਆਪਾਂ ਚੇਤਨਾ ਦੇ ਬਾਰੇ ਗੱਲ ਕਰਦੇ ਹਾਂ ਉਹ ਕਾਫੀ ਕਾਫੀ ਵਧੂਗੀ। ਪਰ ਇਹ ਤਾਂ ਹੈ ਜਿਹੜਾ ਇੱਕ ਮੋਟੀਵੇਸ਼ਨਲ ਕੰਮ ਹੈ, ਲੇਕਿਨ ਜਿਹੜਾ ਦੂਸਰੇ ਪਾਸੇ ਜਿਹੜਾ ਸਰਕਾਰ ਨੇ ਜਾਂ ਪੰਜਾਬ ਪੁਲਿਸ, ਜਿਹਨੂੰ ਕਿ ਅਸੀਂ ਮੰਨਦੇ ਹਾਂ ਕਿ ਜਿੱਥੇ ਪੁਲਿਸ ਖੜੀ ਹੁੰਦੀ ਹੈ ਉੱਥੇ ਸਰਕਾਰ ਖੜੀ ਹੁੰਦੀ ਹੈ, ਤੇ ਜਿਹੜਾ ਪੁਲਿਸ ਦੇ ਪੱਖੋਂ ਹਾਲੇ ਤੱਕ ਆਪਣਾ ਕੰਟਰੋਲ ਇਸ ਸਮੱਸਿਆ ਦੇ ਉੱਤੇ ਨਹੀਂ ਬਣ ਪਾਇਆ, ਉਹਦੇ ਬਾਰੇ ਵੀ ਮੈਂ ਗੱਲ ਕਰਨਾ ਚਾਹੂੰਗਾ। ਪਿਛਲੇ 2-3 ਦਿਨਾਂ ਦੇ ਦੌਰਾਨ ਹਾਈ ਕੋਰਟ ਨੇ DGP ਸਾਹਿਬ ਤੇ ਚੀਫ ਸੈਕਟਰੀ ਪੰਜਾਬ ਨੂੰ ਬੁਲਾ ਕੇ ਉਹਨਾਂ ਕੋਲੋਂ ਇਸੇ ਹੀ ਮਸਲੇ ਦੇ ਬਾਰੇ ਪੁੱਛਗਿੱਛ ਕੀਤੀ ਸੀ। ਉਹਨਾਂ ਨੇ ਪੁੱਛਿਆ ਸੀ ਕਿ ਤੁਹਾਡੇ 20 ਗਵਾਹ ਇੱਕ ਕੇਸ ਦੇ ਵਿੱਚ ਹੈਗੇ, ਉਹਨਾਂ ਵਿੱਚੋਂ ਇੱਕ ਹੀ ਗਵਾਹ ਹਾਲੇ ਤੱਕ ਭੁਗਤਿਆ, ਜਦੋਂ ਕਿ ਇਹ ਸਾਰੇ ਗਵਾਹ ਤੁਹਾਡੇ ਆਪਣੇ ਡਿਪਾਰਟਮੈਂਟ ਦੇ ਆ। ਤੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਜੋ ਇਨੀਸ਼ੀਏਟਿਵ ਲੈ ਰਹੇ ਨੇ ਇਹ ਤਾਂ ਬਹੁਤ ਚੰਗੀ ਗੱਲ ਹੈ, ਲੇਕਿਨ ਪੰਜਾਬ ਪੁਲਿਸ ਦੇ ਅੰਦਰ ਵੀ ਹਾਲੇ ਜਿਹੜੇ ਕੇਸ ਆਲਰੇਡੀ ਉਹਨਾਂ ਕੋਲ ਰਜਿਸਟਰਡ ਹੈਗੇ ਨੇ ਉਹਨਾਂ ਦੇ ਬਾਰੇ ਚ ਪੈਰਵਾਈ ਦੇ ਵਿੱਚ ਵੀ ਕਮੀ ਹੋ ਰਹੀ ਹੈ। ਜਿਹੜੇ ਭਗੌੜੇ ਹੈਗੇ ਨੇ ਉਹਨਾਂ ਨੂੰ ਪਕੜਨ ਦੇ ਵਿੱਚ ਵੀ ਹਾਲੇ ਢਿੱਲ ਮੱਠ ਹੈ। ਜਿਹੜੇ ਬੰਦੇ ਪਕੜੇ ਜਾਂਦੇ ਨੇ ਜਾਂ ਈਵਨ ਜਿਹੜੇ ਡਿਸਮਿਸਡ ਪੁਲਿਸ ਅਫਸਰ ਵੀ ਸੀ ਉਹਨਾਂ ਨੂੰ ਪਕੜਨ ਦੇ ਵਿੱਚ ਵੀ ਪੰਜਾਬ ਪੁਲਿਸ ਨੇ ਇਹੋ ਜਿਹੀ ਅਣਗਹਿਲੀ ਸ਼ੋਅ ਕੀਤੀ ਹੈ ਕਿ ਉਹ ਬੰਦੇ ਹਾਈ ਕੋਰਟ ਤੱਕ ਆਪਣੀਆਂ ਜਮਾਨਤਾਂ ਲਾਉਣ ਲਈ ਤਾਂ ਉਹਨਾਂ ਦੀ ਅਰਜ਼ੀ ਚਲੇ ਜਾਂਦੀ ਹੈ, ਪਰ ਪੰਜਾਬ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਆਫੀਸਰ ਕਿੱਥੇ ਬੈਠਾ ਹੈਗਾ ਜਿਹਨੂੰ ਅਸੀਂ ਬਰਖਾਸਤ ਕੀਤਾ। ਇਸ ਕਰਕੇ ਬਰਖਾਸਤ ਕੀਤਾ ਕਿਉਂਕਿ ਉਹਨਾਂ ਦੀ ਨਸ਼ਿਆਂ ਦੇ ਸਮਗਲਰਾਂ ਦੇ ਨਾਲ ਗਾਂਢ ਸਾਂਢ ਸਾਬਤ ਹੋ ਗਈ ਸੀ। ਤੋ ਇਹ ਸਾਰੇ ਹੀ ਜਿਹੜੇ ਫੈਕਟਰ ਹੈਗੇ ਨੇ ਜਾਂ ਸਮਾਜ ਦੀ ਗੱਲ ਹੈ, ਸਮਾਜ ਉਹਨਾਂ ਰੌਲਾ ਰੱਪਾ ਨਹੀਂ ਪਾਉਂਦਾ ਜਿੰਨਾ ਪੋਲੀਟੀਕਲ ਪਾਰਟੀਆਂ, ਚਾਹੇ ਉਹ ਰਾਜ ਸੱਤਾ ਚ ਹੋਣ ਚਾਹੇ ਉਹ ਰਾਜ ਸੱਤਾ ਤੋਂ ਬਾਹਰ ਹੋਣ। ਮੈਂ ਇਹਨੂੰ ਐਸੇ ਇੱਕ ਪੋਜ਼ਿਟਿਵ ਸੰਕੇਤ ਵੀ ਦਰਸ਼ਕ ਸਾਹਿਬ ਮੰਨਦਾ ਕਿ ਬਈ ਕਮ ਸੇ ਕਮ ਜਦੋਂ ਉਹ ਸਰਕਾਰ ਚ ਨਹੀਂ ਹੁੰਦੇ ਉਦੋਂ ਬਾਹਰ ਬੈਠ ਕੇ ਵੀ ਰੌਲਾ ਰੱਪਾ ਤਾਂ ਪਾਉਂਦੇ ਆ ਨਾ, ਬਈ ਪੰਜਾਬ ਨੂੰ ਨਸ਼ਾ ਖਾ ਗਿਆ, ਨਸ਼ਾ ਖਾ ਗਿਆ, ਨਸ਼ਾ ਖਾ ਗਿਆ। ਇਹ ਰੌਲਾ ਰੱਪਾ ਵੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੀ ਚੇਤਨਾ ਵਾਲੀ ਗੱਲ ਹੀ ਹੈ। ਇਹ ਵੀ ਉਹਨਾਂ ਦਾ ਇੱਕ ਚੰਗਾ ਰੋਲ ਹੈ ਜਿਹਦਾ ਕਰਕੇ ਜਿਹੜੀ ਵੀ ਰਾਜਸੱਤਾ ਵਿੱਚ ਪਾਰਟੀ ਹੈ, ਸਰਕਾਰ ਹੈ, ਉਹਦੇ ਉੱਤੇ ਦਬਾਅ ਬਣਦਾ ਹੈ। ਮੈਂ ਇਸ ਨੂੰ ਇੱਕ ਸ਼ੁਭ ਸ਼ਗਨ ਮੰਨਦਾ। ਇਹਦੇ ਨਾਲ ਸਾਡੀਆਂ ਬਹੁਤ ਸਾਰੀਆਂ ਡੈਥਸ ਜਿਹੜੀਆਂ ਉਹਦੇ ਤੇ ਕੰਟਰੋਲ ਹੋਊਗਾ। ਇੱਕ ਮੋਟੀਵੇਸ਼ਨਲ ਜਿਹੜੀ ਪਹਿਲ ਕਦਮੀ ਹੈ, ਪਾਸੀ ਸਾਹਿਬ ਤੁਸੀਂ ਇੱਕ ਪ੍ਰਿੰਸੀਪਲ ਸਾਹਿਬ ਦੀ ਗੱਲ ਸੁਣੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਠੀਕ ਹੈ, ਇਹ ਸਾਨੂੰ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ, ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਬਚਾਇਆ ਜਾ ਸਕੇ। ਪਰ ਸਰਕਾਰ ਦਾ ਜੋ ਆਪਣਾ ਕੰਮ ਹੈ, ਪੁਲਿਸ ਦਾ ਜੋ ਆਪਣਾ ਕੰਮ ਹੈ, ਉਸ ਮਾਮਲੇ ਦੇ ਵਿੱਚ 18 ਮਹੀਨਿਆਂ ਦੇ ਵਿੱਚ ਹਾਲੇ ਤੱਕ ਕੋਈ ਵੱਡੀ ਪਹਿਲਕਦਮੀ ਨਹੀਂ ਹੋਈ ਹੈਗੀ, ਹਾਲੇ ਤੱਕ ਇਹ ਨਸ਼ੇ ਨਹੀਂ ਰੁਕੇ ਹੈਗੇ। ਆਪਾਂ ਫਾਸੀ ਸਾਹਿਬ ਕੋਲ ਜਾਂਦੇ ਹਾਂ, ਇਸ ਸਮੇਂ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ, ਲੈਂਦੇ ਹਾਂ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਜਿਵੇਂ ਪਾਸੀ ਸਾਹਿਬ ਕੋਲ ਆਪਾਂ ਪੁੱਛ ਰਹੇ ਹਾਂ ਕਿ ਇਸ ਸਮੇਂ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈ, ਪਹਿਲਕਦਮੀ ਵਧੀਆ ਹੈ ਕਿ ਉਹ ਅਰਦਾਸ ਕਰ ਰਹੇ ਨੇ, ਬੱਚਿਆਂ ਨੂੰ ਨਾਲ ਲੈ ਰਹੇ ਨੇ। ਇਸ ਦੇ ਨਾਲ ਨਿਸ਼ਚਿਤ ਹੀ ਬਹੁਤ ਸਾਰੇ ਲੋਕਾਂ ਨੂੰ
जागरूकता भी आऊगी, वह अपने आप के महसूस करे, जे लोग पीड़ित ने वह भी महसूस करे कि साढ़े वास्ते यह अरदास की जा रही है। इस अरदास सुन के शायद वह नशे वगैरह छड़ भी दे, कुछ लोग यह भी है जे नशे फैलाते हैं वह भी छड़। पासी साहब पर एक गल यह है कि 18 महीनों के सरकार ने यतन तो किए हैं पर यह नशे खत्म नहीं हुए है। उस तरीके के नौजवान मर रहे हैं, गिनती बहुत ज्यादा बढ़ रही है, सरकार इस मामले के की करेगी? दर्शक जी, सत श्रीकाल तुहानू सारे पैनलिस्ट नू। सरकार बड़ी तनदेही दे नाल, क्लीयर मंतव दे नाल, पूरे मकसद दे नाल, पूरी सिंसियरिटी दे नाल नशियां दे खिलाफ लड़ रही है, नशियां दे खिलाफ एक्शन लै रही है। नो डाउट जी हाई कोर्ट की टिप्पणी आई है वह इस करके क्योंकि उस मैक्सिमम जे गवाह सीगे पुलिस मुलाजम सीगे और उस डिले हुई है, पुलिस मुलाजमान की एविडेंस नहीं आई। लेकिन भगवंत मान जी की सरकार वालों पहले दिन तो नशियां के उत्ते जिहड़ा है चोट की जा रही है, नशियां खत्म करने का पूरा उपराला किया जा रहा है और ये काफ़ी कामयाबी इस तरह हुई है। मैं नहीं कहता कि नशे खत्म हो गए, परंतु तुसी देखा होना किनिया बिग फिश 1600 तो उपर बिग बड़िया मच्छिया पकड़िया गई, तकरीबन 80 करोड़ के करीब की जी ड्रग मनी पकड़ी गई है, प्रॉपर्टीज अटैच हुई, पैसा अटैच होया, उन्होंने लोगों के खिलाफ तकरीबन 17,000 तो उपर FIRs हो चुकी, परंतु पंजाब के नशा इन रस्तिया राही आ रहा और सब तो वध टारगेट किया जाता है स्कूली कॉलेज के बच्चों। इसलिए जी सरकार है उन्होंने 3 सूत्री कार्यक्रम दर्शक जी इसलिए रखा, प्रे प्लेज एंड प्ले। असी हरिमंदर साहब नूं हर पंजाबी नतमस्तक हुंदा, जिन्हें भी गुरु नानक नाम लेवा लोग हैं वह हरिमंदर साहब नूं नतमस्तक हुंदे और इसलिए उत्थों प्लेज की शुरुआत की जा रही है क्योंकि जो नशा बेचण वाले हैं, मैं ना तुहाडे याद होगा दर्शक जी XDGP साहब शशि कांत जी ने एक बारी एक बहुत अहम खुलासा किया जी न्यूज से, उन्होंने रिपोर्टिंग भी चली सी जिन्हें च उन्होंने दसिया कि बहुत से पोलिटिकल लीडर्स ईवन BSF पुलिस ऑफिशियल्स वह भी इस इनवॉल्व है काफी, मैं ये नहीं कहना सारे। और ये जो पंजाब सरकार पंजाब के आम आदमी पार्टी की सरकार ही सारा प्रशासन तो बदलिया नहीं गया, कुछ कालिया भेडा जो पकड़िया भी गई पकड़िया भी जाएगी जो अगर भी हौले भी छुपिया हुई क्योंकि साड़ी सरकार का मकसद क्लीयर है। इसे मकसद के नाल जो असं बच्चों क्योंकि बच्चे सॉफ्ट टारगेट हैं, मैं ना बड़ा अज केवल सिंह जी रतला जी विचार सुन के मैं बहुत अच्छा लग्या क्योंकि उन्होंने बड़े माइन्यूटली इस गल दसिया कि जिदा सरकार ने नौकरियां देनिया शुरू कितिया, अज बच्चे तुसी सड़कों पर रेस लगाते ग्राउंड के डंड बैठक करते दोबारा पंजाब दे विच नजर आ गए, नहीं यह चीज ना पंजाब चो खत्म होंगी जा रही थी, हरियाणा चो तुसी जाओ यह दिखती होंगी सी खासकर जींद हिसार रोहतक इस एरिए। इस तो इलावा पुलिस दे विच भी छांटी की जा रही है और जिदा नौनिहाल जी ने इनिशिएटिव लिया, भगवंत मान जी ने इनिशिएटिव लिया बच्चों तो क्योंकि बच्चे सॉफ्ट टारगेट, अगर स्कूल दे विच ही बच्चे प्लेज करते हैं लक टुटता है जो नशा बेचण वाले जो बच्चों सॉफ्ट टारगेट समझते हैं। उस तो बाद प्ले प्रे पद तो उस तो प्लेज ते फिर प्ले यानी खेडा वाल उत्साहित, हुण जदों बच्चों महसूस हुंदा कि सानू जिहड़ा है खेडा वाल भी उत्साहित किया जाता है, किता मुखी रुजगार वाल भी उत्साहित किया जाता है। इस तो इलावा यह सरकार नौकरियां देने च भी कोई कमी नहीं छड़ रही, जिदा पुलिस की भर्तियां की गल हुई है तो वो सानू एक होर हथियार मिल जाता है इन्हां नशियां दे जिहड़े कालियां भेडां उन्हां ते कुठारा घात करन दा, उन्हां ते हमला करन। इस तो इलावा सरकार वालों किसी किस्म की कोई ढिल नहीं की जा रही, पूरी सख्त हदायत थोड़े याद होगा पिछले दिन सरकार ने यह भी कहता सी कि उस संबंधित थाने का SHO और SSP यह भी इनवॉल्व होंगे। हम पंजाब के नशे की समस्या का कारण तुम्हें याद होगा 10 साल पहला शशि कांत जी ने गल्ला कहियां सी, उस टाइम भी यह जो आंकड़े बड़े डरावने से और यह कारण वो एक तो सर है कि साडा जिहड़ा बॉर्डर ड्रोन राही लगातार नशा 50 किलोमीटर तक BSF का जो कंट्रोल उस उन्होंने BSF से भी उंगली चकी सी शशि कांत जी ने, मेरे याद है इंटरव्यू सारी। उस तो इलावा इंटरस्टेट जो याद होगा कि किड्डी वड्डी खेप अडानी पोर्ट तो पकड़ी गई सी, साड़ी पंजाब पुलिस ने गुजरात तक तो जाके रिकवरी की क्योंकि पुलिस दे विच बहुत वड्डी गिनती दे विच ओ ऑफिसर्स भी शामिल हैं जो नशियां दे खिलाफ तनदेही नाल एक्शन करना चाहते हैं और कर भी रहे हैं।
ਸੋ ਇੱਕ ਚੀਜ਼ ਬਹੁਤ ਅੱਛੀ ਕਹੀ ਰਤਲਾ ਜੀ ਨੇ ਕਿ ਇਹ ਸਮਗਰ ਹਰ ਪਾਸੇ ਤੋਂ ਜਿਹੜਾ ਇਹਦੇ ਉੱਤੇ ਹਮਲਾ ਸਾਰੀਆਂ ਆਪਸੀ ਆਓ ਪੱਤਰ ਛੱਡ ਕੇ ਸਾਰਿਆਂ ਨੂੰ ਆਪਣਾ ਐਜ਼ ਏ ਸਮਾਜਿਕ ਪੰਜਾਬੀ ਹੋਣ ਦਾ ਫਰਜ਼ ਨਿਭਾਉਂਦੇ ਹੋਏ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਦੇ ਉੱਤੇ ਚਾਹੇ ਕੋਈ ਵੀ ਹੋਵੇ, ਮੇਰਾ ਪੜੋਸੀ ਹੋਵੇ, ਤੁਹਾਡਾ ਰਿਸ਼ਤੇਦਾਰ ਹੋਵੇ, ਉਹਦੇ ਉੱਤੇ ਹਮਲਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਜਵਾਨੀ ਬਚਾਉਣਾ ਜ਼ਰੂਰੀ ਹੈ। ਕਿਸੇ ਮਕਸਦ ਨੂੰ ਲੈ ਕੇ ਭਗਵੰਤ ਮਾਨ ਜੀ ਕੱਲ ਨੂੰ ਪਾਸੀ ਸਾਹਿਬ, ਇਹ ਜਿਹੜਾ ਆਪਾਂ ਹਮੇਸ਼ਾ ਹੀ ਜਦੋਂ ਨਸ਼ਿਆਂ ਦੇ ਉੱਤੇ ਗੱਲ ਕਰਦੇ ਹਾਂ ਤਾਂ ਇਹੀ ਗੱਲ ਹੁੰਦੀ ਹੈ ਕਿ ਜਦੋਂ ਸਿਆਸੀ ਪਾਰਟੀਆਂ ਸਿਆਸਤ ਛੱਡ ਦੇਣਗੀਆਂ, ਸਮੁੱਚੇ ਰੂਪ ਦੇ ਵਿੱਚ ਪੂਰਾ ਸਮਾਜ ਇਸ ਨਸ਼ੇ ਨੂੰ ਖਤਮ ਕਰਨ ਦੇ ਲਈ ਪਹਿਲਕਦਮੀ ਕਰੇਗਾ ਤਾਂ ਨਿਸ਼ਚਿਤ ਹੀ ਇਹ ਨਸ਼ੇ ਖਤਮ ਹੋ ਸਕਣਗੇ, ਤੇ ਇਸ ਗੱਲ ਦੀ ਅਰਦਾਸ ਵੀ ਕਰਦੇ ਹਾਂ ਤੇ ਸਾਨੂੰ ਆਸ ਵੀ ਹੈ। ਗੌਰਵ ਸੰਧੂ ਜੀ, ਤੁਸੀਂ ਸਮਾਜ ਸੇਵਕ ਹੋ, ਪਿੰਡਾਂ ਵਿੱਚ ਦੇਖਦੇ ਹੋ ਨਸ਼ਾ ਕਿਵੇਂ ਚੱਲ ਰਿਹਾ ਹੈ, ਤੇ ਉਸ ਨਸ਼ੇ ਨੂੰ ਖਤਮ ਕਰਨ ਦੇ ਲਈ ਜਿਹੜਾ ਹੈਗਾ ਸਰਕਾਰ ਦੇ ਇਹ ਜਿਹੜੇ ਯਤਨ ਨੇ, ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦਿੰਦੇ ਹੋ? ਡਾਕਟਰ ਜੀ, ਤੁਸੀਂ ਹਮੇਸ਼ਾ ਜਿੰਨੇ ਵੀ ਮੁੱਦੇ ਚੱਕਦੇ ਹੋ ਨਸ਼ੇ ਦੇ ਉੱਤੇ ਤੁਸੀਂ ਬਹੁਤ ਪ੍ਰੋਗਰਾਮ ਕਰਦੇ ਹੋ, ਇਹਦੇ ਲਈ ਵਧਾਈ ਦੇ ਪਾਤਰ ਹੋ। ਪਰ ਜੇ ਸਰਕਾਰਾਂ ਦੀ ਆਪਾਂ ਗੱਲ ਕਰਦੇ ਹਾਂ, ਜਿਵੇਂ ਮੇਰੇ ਭਰਾ ਵਕੀਲ ਸਾਹਿਬ ਪਾਸੀ ਜੀ ਕਹਿ ਰਹੇ ਸੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ, ਵੀ ਇਹਨਾਂ ਨੇ ਉਹ ਗੱਲਾਂ ਦੁਹਰਾਈਆਂ ਜੋ ਇਹਨਾਂ ਦੇ ਪੁਰਾਣੇ ਬੁਲਾਰੇ ਆ ਕੇ ਦੁਹਰਾਉਂਦੇ ਨੇ, ਵੀ ਗੁਜਰਾਤ ਪੋਰਟ ਤੋਂ ਡਰੋਨ ਰਾਹੀਂ ਡਰੱਗ ਦਿੱਤੀ ਜਾਂਦੀ ਹੈ ਜਾਂ ਬੜੇ ਜਿਹੜੇ ਵੇਲ ਦੇ ਨਾਲ ਡਰੱਗ ਪੰਜਾਬ ਦੇ ਵਿੱਚ ਆ ਰਹੀ ਹੈ। ਦੇਖੋ, ਸਰਕਾਰਾਂ ਦਾ ਕੰਮ ਹੁੰਦਾ ਹੈ ਇਹਨਾਂ ਜਿਹੜੇ ਤਸਕਰ ਨੇ ਇਹਨਾਂ ਨੂੰ ਨੱਥ ਪਾਉਣੀ। ਇਹਨਾਂ ਨੇ ਵੀ ਬੜਾ ਕਿਹਾ ਵੱਡੀਆਂ ਮੱਛੀਆਂ ਸੀ, 1600 ਗਣਾਤੀਆਂ, 2000 ਗਣਾਤੀਆਂ ਪਿਛਲੀ ਸਰਕਾਰ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਨੇ ਵੀ ਏਦਾਂ ਹੀ ਬੜਾ ਕਿਹਾ ਸੀ ਅਸੀਂ ਬੜੀਆਂ ਵੱਡੀਆਂ ਮੱਛੀਆਂ ਫੜ ਲਈਆਂ। ਉਸ ਤੋਂ ਬਾਅਦ ਪਹਿਲੋਂ ਸੁਖਬੀਰ ਬਾਦਲ ਹੋਰਾਂ ਨੇ ਉਹਨਾਂ ਨੇ ਕਿਹਾ ਸੀ ਡਰੱਗ ਰੈਕਟ ਹੀ ਫੜ ਲਏ ਜਿਹਦੇ 'ਚ ਉਹਨਾਂ ਦੇ ਆਪਣੇ ਬੰਦਿਆਂ ਦੇ ਨਾਂ ਆ ਗਏ ਸੀਗੇ। ਸੋ ਇਹ ਸਰਕਾਰਾਂ ਲੋਕਾਂ ਨੂੰ ਦਿਖਾਉਣ ਲਈ ਤਾਂ ਸਭ ਕੁਛ ਕਹਿੰਦੀਆਂ ਨੇ, ਫਿਗਰ ਜਿਹੜੇ ਨੇ ਵੱਡੇ ਵੱਡੇ ਹੋਰਡਿੰਗ ਤੋਂ ਲੱਗਦੇ ਨੇ, ਜਿਵੇਂ ਅੱਜ ਕੱਲ੍ਹ ਦੀ ਸਰਕਾਰ 'ਚ ਭਗਵੰਤ ਮਾਨ ਜੀ ਦੇ ਲੱਗੇ ਹੋਏ ਨੇ ਵੀ ਅਸੀਂ ਬੰਦੇ ਅੰਦਰ ਕਰਤੇ ਨਹੀਂ ਪ੍ਰਸ਼ਾਸਨ ਹੈ ਜਿਹੜਾ ਉਹ, ਜਿਵੇਂ ਤੁਸੀਂ ਨਾ ਨਿਹਾਲ ਜੀ ਦਾ ਨਾਂ ਲਿਆ, ਬੜੇ ਕਾਬਲ ਅਫਸਰ ਨੇ, ਪਿੱਛੇ ਜਦੋਂ ਚੰਡੀਗੜ੍ਹ ਪਿਛਲੇ ਸਾਲਾਂ ਦੇ ਵਿੱਚ ਉੱਥੇ ਦੇ SSP ਸੀ ਉਹਨਾਂ ਨੇ ਇੱਕ ਲੜਕੀਆਂ ਦੀ ਅਵੇਅਰਨੈਸ ਲਈ ਕਿਹਾ ਸੀ ਵੀ ਤੁਸੀਂ ਰਾਤ ਨੂੰ 2 ਵਜੇ ਵੀ ਕਿਤੇ ਨਿਕਲਦੇ ਹੋ ਤੇ ਆਹ ਕਾਲ ਹੈ, ਜੇ ਕੋਈ ਤੁਹਾਨੂੰ ਖਤਰਾ ਲੱਗਦਾ ਤੇ 24 ਘੰਟੇ ਤੁਹਾਡੀ ਕਾਲ ਜਿਹੜੀ ਚੱਕੀ ਜਾਏਗੀ ਤੇ ਤੁਹਾਨੂੰ ਸੇਫ ਰੱਖਾਂਗੇ। ਨਿਰਭਯਾ ਜਿਹੜਾ ਕਾਂਡ ਹੋਇਆ ਸੀ ਦਿੱਲੀ, ਉਸ ਤੋਂ ਬਾਅਦ ਕਾਬਲ ਅਫਸਰ ਨੇ ਬਣੇ, ਜਿਹੜਾ ਪੁਲਿਸ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ, ਬੱਚਿਆਂ ਨੂੰ ਅਵੇਅਰ ਕਰ ਰਹੀ ਹੈ, ਫਿਰ ਤਾਂ ਬੜਾ ਵਧੀਆ। ਤੁਸੀਂ ਸਟਾਰਟਿੰਗ ਜੀ ਕਿਹਾ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਇਹਦੇ ਤੇ, ਪਰ ਮੈਨੂੰ ਲੱਗਦਾ ਹਰ ਕੰਮ ਦੇ ਵਿੱਚ ਸਿਆਸਤ ਹੁੰਦੀ ਹੈ। ਇੱਕ ਨਵਾਂ ਢਕਵਾਂਜਾ ਵੀ ਚਲੋ ਬੱਚਿਆਂ ਨੂੰ ਉੱਥੇ ਮੱਥਾ ਟਿਕਾ ਦਈਏ, ਲੋਕਾਂ ਨੂੰ ਦਿਖਾ ਦਈਏ ਭਗਵੰਤ ਮਾਨ ਜੀ ਜਾਣਗੇ 35,000 ਬੱਚਿਆਂ ਦੇ ਨਾਲ, ਠੀਕ ਹੈ, ਨਤਮਸਤਕ ਹੋਣਾ ਬੜੀ ਵਧੀਆ ਗੱਲ ਹੈ, ਉੱਥੇ ਜਾ ਕੇ ਅਰਦਾਸ ਕਰਨੀ ਬੜੀ ਵਧੀਆ ਗੱਲ ਹੈ, ਉਹ CM ਸਾਹਿਬ ਘਰੇ ਬੈਠੇ ਵੀ ਕਰ ਸਕਦੇ ਨੇ। ਤੇ ਦੂਜੀ ਗੱਲ ਮੈਂ ਸੋਚਾਂਗਾ, ਇੱਥੋਂ ਇਹ ਨਜ਼ਰ ਆਉਂਦਾ ਵੀ ਜਿਵੇਂ ਭਗਵੰਤ ਮਾਨ ਜੀ ਹੱਥ ਖੜੇ ਕਰ ਗਏ ਨੇ, ਸਰਕਾਰ ਹੱਥ ਖੜੇ ਕਰ ਗਈ ਹੈ ਵੀ ਅਸੀਂ 1.5 ਸਾਲ 'ਚ ਨਸ਼ੇ ਨੂੰ ਨਹੀਂ ਲਈਏ, ਇਹੀ ਵੋਟ ਆ ਰਹੇ ਨੇ ਲੈ ਲੈਂਦੇ। ਜਦੋਂ ਭਗਵੰਤ ਮਾਨ ਜੀ ਨੇ 100 ਚੱਕੀ ਸੀ ਨਾ, ਉਦੋਂ ਸਾਰਾ ਕੁਛ ਹੀ ਵਿੱਚ ਆ ਜਾਂਦਾ, ਅਰਦਾਸ ਵੀ ਵਿੱਚ ਆ ਜਾਂਦੀ ਹੈ, ਆਪਾਂ ਆਪਣੀ ਸਟੇਟ ਦੀ ਰੱਖਿਆ ਲਈ, ਉਹਦੀ ਸੁਰੱਖਿਆ ਲਈ, ਉਹਨੂੰ ਨਸ਼ਾ ਰਹਿਤ ਕਰਨ ਲਈ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਬਣ ਕੇ ਜਦੋਂ ਚੁਣੇ ਜਾਂਦੇ ਆ, ਉਹ ਜਦੋਂ 100 ਚੱਕਦੇ ਆ ਇੱਕ ਅਰਦਾਸ ਦਾ ਰੂਪ ਹੀ ਹੁੰਦਾ। ਸੋ ਇਹ ਮੈਨੂੰ ਤਾਂ ਪੋਲੀਟੀਕਲ ਢਕਵਾਂਜ ਲੱਗਦੇ ਨੇ। ਇਹੀ ਜਿਹੜਾ ਆਰਡਰ ਹੈ ਸਖਤੀ ਦੇ ਨਾਲ ਜਿਹੜਾ DGP ਨੂੰ ਝਾੜ ਪਈ ਹੈ, DGP ਸਾਹਿਬ ਸਾਰੇ SSP ਨੂੰ ਥਾਣਿਆਂ ਨੂੰ ਇੱਕ ਵਾਰੀ 5-6 ਜਣਿਆਂ ਨੂੰ ਝੰਬ ਦੇਣ, ਝਾੜ ਦੇਣ, ਉਹਨਾਂ ਨੂੰ SSP ਦੀ ਬਦਲੀ ਕਰ ਦੇਣ ਜਾਂ ਉਹਨੂੰ ਡਿਸਮਿਸ ਕਰ ਦੇਣ ਜਿਹੜੇ ਏਰੀਏ 'ਚ ਉਹਨਾਂ ਨੂੰ ਰਿਪੋਰਟ ਮਿਲਦੀ ਹੈ। ਸੋ ਏਜੰਸੀਆਂ ਦੇ ਕੋਲ ਰਿਪੋਰਟਸ ਸਾਰੀਆਂ ਹੁੰਦੀਆਂ ਨੇ। ਸੋ ਇਹ ਜਿਹੜਾ ਤੰਤਰ ਹੈ ਨਾ ਸਾਰਾ, ਇਹ ਪੋਲੀਟੀਕਲ ਤੰਤਰ ਦੀ ਸਹਿ ਹੇਠ ਹੀ ਚੱਲਦਾ, ਚਾਹੇ ਪੁਰਾਣੀਆਂ ਸਰਕਾਰਾਂ 'ਚ ਹੋਏ। ਨਵੀਂ ਸਰਕਾਰ ਬਦਲਾਅ ਦੇ ਨਾਂ 'ਤੇ ਆਈ ਸੀ, ਪਰ ਇਹਨਾਂ ਦੇ ਵੀ ਕੋਈ ਘਾਟਾ ਵਧੇ ਹੀ ਨੇ ਕੇਸ। ਪੁਰਾਣੀਆਂ ਸਰਕਾਰਾਂ 'ਚ ਕੁੜੀਆਂ ਦੀਆਂ ਵੀਡੀਓ 'ਚ ਨਹੀਂ ਸੀ ਆਉਂਦੀਆਂ, ਇਹਨਾਂ ਦੀ ਸਰਕਾਰ 'ਚ ਉਹ ਵੀ ਆਉਣ ਲੱਗ ਗਈਆਂ। ਸੋ ਮੈਂ ਜਿਹੜੀ ਇਹ ਗੱਲ ਹੈ ਆਪਣਾ ਦਰਸ਼ਕ ਜੀ, ਜੇ ਨਸ਼ਾ ਕੰਟਰੋਲ ਕਰਨਾ ਹੈ ਉਹ 2 ਦਿਨ ਦਾ ਕੰਮ ਹੈ। ਆਮ ਬੰਦੇ ਜਿਹੜੇ ਨਸ਼ੇ ਕੰਟਰੋਲ ਤੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਆਪਾਂ ਅੰਦਰ ਸਿੱਟ ਦਿੰਦੇ ਹਾਂ। ਜਿਹੜੇ ਚੰਗੇ SSP ਕੰਮ ਕਰ ਰਹੇ ਨੇ, ਜਿਹੜੇ ਨਸ਼ਿਆਂ ਵਾਲਿਆਂ ਨੂੰ ਫੜ ਰਹੇ ਨੇ ਜਾਂ ਹੋਰ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਨੇ ਉਹਨਾਂ ਦੇ ਆਪਾਂ ਤਬਾਦਲੇ ਕਰਦੇ ਹਾਂ। ਕੀ ਕਹਿਣਾ, ਤੁਹਾਨੂੰ ਲੱਗਦਾ ਹੈ ਕਿ ਇਹ ਸਿਆਸੀ ਸਟੰਟ ਹੋ ਸਕਦਾ ਹੈ
पर यह है कि सानू पंजाब बढ़ाने की बहुत ज्यादा लोड़ है ते ये लोड़ वास्ते असी अरदास भी करांगे ते जिहड़ा हैगा सरकार नूं भी कहांगे कि ओह उसदे अपने फर्ज निभावे। इस समय एक ब्रेक का समा हो रहा है ते असी अपने दर्शकों नूं दस दईए कि तीजा भाग 9:30 दे उत्ते दिखाया जाऊगा ते जिहड़े दर्शक इस समय यूट्यूब ते फेसबुक के उत्ते जुड़े हुए ने वह लगातार इस प्रोग्राम नूं देखते रहने ब्रेक तो बाद फिर हाजिर होने। तुसी रतड़ा साहब की गल सुनी है, इस तो इलावा पासी साहब की गल सुनी, गौरव संधु होना की गल सुनी है ते हरेक ने अपना अपना पक्ष पूरिया ते इस साढ़े भारतीय जनता पार्टी के नुमाइंदे डॉक्टर अमरजीत सिंह थिंद भी साढ़े च मौजूद ने। थिंद साहब तुसी पासियां की गल सुनी है कि जिहड़ी पंजाब सरकार आ आम आदमी पार्टी की सरकार आ पूरे जोर शोर के नाल नशे नूं खत्म करन दे लई यतन कर रही है, पर असी देख रहे हैं रोजाना कोई ना कोई नौजवान नशे कारण मरता है, लड़कियां भी ये शामिल हो रही ने ते लड़के तो पहला हैगे सीगे, बच्चों का नाम भी ये आने लग गया। तो अज एक रिपोर्ट पढ़ सुनी जिदे छत्तीसगढ़ तो लड़की अफीम लेके आई है जिहड़ी अज फड़ी गई है, तुसी किवें महसूस करते हो? हालांकि असी ये भी कहने कि BSFB लाई है केंद्र सरकार ने ते नशे फिर भी पंजाब दे विच आई जाए जा रहे हैं। पहला तो साडा बहुत बहुत धन्यवाद समा देने दे लई और तुहाडे दर्शकां नूं सारयां नूं वाहिगुरु फतेह। देखो हर पंजाबी सिर उठ के सब तो पहला अरदास करदा नानक नाम चढ़दी कला तेरे पाणी सरबत दा भला। तो सो आपां हमेशा सरबत दे भले दी अरदास करन वाली कौम आ, उहदे विच पंजाब भी आउंदा, पंजाबीयत भी आउंदी, साडा देश भी आउंदा, दुनिया भी आउंदी है। और जिस तरह अज मान साहब दा मैं पढ़ रहा सीगा कि 35,000 बच्चों नूं कल दरबार साहब लैके नतमस्तक होण जा रहे ने, चंगी गल है, नतमस्तक होना चाहिए, इस दे विच कोई राजनीति भी नहीं होनी चाहिए, पर मैनूं लग रहा है कि इस दे नाल नाल मान साहब भी हथ खड़े कर गए, उन्हां दी उन्हां दी साफ ही मनसा है कि भाई हुण पंजाब रब आस रही आ, क्योंकि विरोधी तां पहलां ही कहिंदे रहे ने कि भाई इस वेले जो पंजाब दी कानून व्यवस्था है, जिस तरह पंजाब दे नशे फैल रहे ने, और इस करके अज जिहड़ा पंजाब रब आस रही है, और जिस तरह मान साहब हुण नशियां दे लई रब दे कोल अरदास करन जा रहे, इस तों साफ स्पष्ट हुंदा है कि जिहड़ा पंजाब है वाकई हुण रब दे आस रही है। क्योंकि देखो जदों सरकार बननी सी उदों इन्हां ने कहा सी 3 महीनों दे विच नशा खत्म कर देंगे पंजाब च, फिर 1.5 साल बाद 15 अगस्त नूं आह हुण जिहड़ी लंघ के गई है, मान साहब ने कहा 1 साल च असीं नशा खत्म कर देंगे, हुण अजे 3 महीने होए इन्हां नूं 1 साल दा दावा कीतियां नूं, और जदों पंजाब दे पुलिस नूं हाई कोर्ट दे विचों फटकार मिल जांदी है ठीक उस तों 1 दिन बाद, जदों सरकार यह दावा करदी है कि असीं 1600 दे करीब जिहड़े हैगे ने ड्रग स्मगलर जिहड़े ने उह फड़े ने, और उस तो हाई कोर्ट इन्हें फटकार लाउंदी है कि लगता है कि पंजाब सरकार ते पुलिस नशा नशा तस्करां नाल मिली हुई है, और DGP नूं माफी मंगण ते हाई कोर्ट मजबूर करती है। सो इस तो साफ जिहड़ी इन्हां दी कोशिशां और नीयत जाहिर हुंदी है। सो इस करके एक ड्रामा की कर रहे ने कि दरबार साहब जाके 35,000 बच्चों नूं लैके जावांगे, सरकारी जंतर तंत्र सरकारी अमला जमला सारा वरतणगे, फिर आपणे प्रचार करनगे, और फिर क्योंकि गुरुआं दे नाम ते राजनीति करन दी कोशिश कर रहे ने, भावनावां नाल खिलवाड़ करन दी कोशिश कर रहे ने, क्योंकि जिहड़ी अरदास है उह दर्शक जी उह तां हर पंजाबी दी मां सवेरे उठ के आपदे पुत्तां वास्ते ते धीआं वास्ते करदी है, पर सरकारां दा काम अरदास दे नाल नाल काम भी कुछ रिजल्ट भी देणे हुंदे ने। मैनूं याद आ मुख्यमंत्री मान साहब ने विधान सभा दे विच खड़ के कहा सीगा कि कितों नशा बाहरों नहीं आता, नशा इत्थे ही बनता, इत्थे ही फड़ांगे। सो इन्ने पूरे पौने 2 साल दे विच पंजाब दे विच किहड़ी नशे की वड्डी फैक्टरी इन्हां ने फड़ी है? जे नहीं फड़ी है तां मतलब इन्हां दे भी अपने हथ रल गए ने, इन्हां नूं महीना आना शुरू हो गया जिस तरह पहलियां नूं कहिंदे हुंदे सीगे, क्योंकि अज तुसीं आप देखो पिंडां दे लोक खुद नशा विरुद्ध मोर्चे बना के पिंडां दे बाहर पहरे देण लग पए, जिहदे विचों मालवे दे विच 3 थां दे मर्डर हो जांदे ने, शाहकोट दे एक पिंड दे विच जिहड़ा नशा विरोध मोर्चे दा प्रधान सीगा जिहड़ा बाहर पिंड दे बाहर पहरा दिंदा सी उहनूं गोलियां मार के भज गए। सो जदों पुलिस उहनां कातलां नूं फड़ नहीं रही, इत्थे की साबित हुंदा है कि सरकार टोटली नाकाम हो चुकी है नशियां दे उत्ते, सरकार हथ खड़ी कर चुकी है, वाकया ही अज जिहड़ा पंजाब है उह रब दे आसरे है। और मैं कहूंगा 35,000 बच्चों नूं नहीं, आपां नूं तां अपील करनी चाहीदी हर एक पंजाबी
उस अरदास से शामिल हो घट्टो घट हूँ रबा तेरे आसरे पंजाब है सानू सरकार तो कोई बहुत ही उम्मीद नहीं तो सानू इन्हां नशियां तो बचावी क्योंकि बी एस एफ की गल कर रहे थे जां गुजरात की गल कर रहे थे सर वो इंटैलीजेंस ने इंटैल ने जे बी एस एफ ने पंजाब च जिन्ना नशा फड़िया जा रहा तुहानू याद होवेगा अमृतसर की वीडियो आई सी जो बी एस एफ ने एक पंजाब पुलिस का ए एस आई तो कॉन्सटेबल मरगाड़ के चिट्टा कटिया और थोड़ी देर बाद पंजाब पुलिस के अधिकारी आए उन्होंने कहा नहीं जी ये तो नशा जब्त कर गए थे और उस तो बाद उन्होंने क्लीन चिट दे दी गई हुण तुसीं मैनूं आप दसो जे किसी का नशा तुसीं जब्त करने जाते हो तुसीं लफाफे विच पा के किसी तरीके नाल सील करके उन्हें मोहर ला के नशा लैके आओगे अपने कार के बंपर विच तुसीं नशा कित्थों छुपा के लियाओगे सो जो नशा तस्करां का काम पंजाब पुलिस खुद कर रही होवे और पंजाब सरकार की शह होवे तो वाकई पंजाब जिहड़ा रब दे आसरे सो इस करके मैनूं बहुत ही उम्मीद नहीं पर अरदास करना साडा सारिआं दा फर्ज है और अरदास मेरे ख्याल च सानूं करनी चाहिए क्योंकि वाकई नूं पंजाब दे पंजाब जिहड़ा रब दे आसरे है। ठीक है सिंध साहब कह रहे ने कि पंजाब रब दे आसरे है ते सानूं अरदास करनी चाहीदी है ते अरदास भगवंत मान सरकार भी करन जा रही है ते नाल नाल पासी साहब कह रहे हैं नहीं असी पूरी तरीके दे नाल इन्हां नशियां नूं खत्म करना है ते भगवंत मान सरकार पूरी तरह दृढ़ है ते 15 अगस्त नूं भी उन्होंने यह गल कही है जो चोणां तों पहलां भी यही गल कही सी पर नशा खत्म नहीं हो रहा है इहदा नैटवर्क इन्ना मजबूत होया पिया है कि सरकारां दे यतनां दे बावजूद भी यह सब कुछ चली जा रहा है ते भगवंत मान जी दर्शकों नूं दस दईए भगवंत सिंह जिहड़े डाक्टर भगवंत सिंह ने पहला भाषा विभाग के अधिकारी होंदे सीगे अज कल यह पत्रकारी करते ने एक मैगजीन के संपादक भी ने। हाँ जी भगवंत जी तुसी सारे जिन्हें भी हैगे इत्थे नुमाइंदे है जां अपने इंडिपेंडेंट निरपक्ष जिहड़े हैगे टिप्पणी कर रहे उन्हां दी गलबात सुनी है तुसी भी अज निरपक्ष टिप्पणी कर दे तौर ते आए हो किवें महसूस करते हो? दर्शक साहब जिस तरह टिप्पणीकारा ने बहुत वधिया टिप्पणियां कीतियां ने प्रिंसीपल रतड़ा साहब ने पासी साहब ने संधू साहब ने और थिंग साहब ने सारे दिया बहुत अच्छे इन्होंने पक्ष पेश किए ने जिथों तक अरदास का संबंध है श्री हरिमंदर साहब जाके मुख्यमंत्री वालों अरदास करनी ये शलाघायोग है क्योंकि महाराजा रणजीत सिंह के समय किसी वेले जदों पंजाब दे सिख राज सी उदों दो राजधानियां सी लाहौर ते श्री अमृतसर ते महाराजा रणजीत सिंह जदों भी कोई नेक काम करता सी जां जित के आउंदा सी तां श्री हरिमंदर साहब अपनी अरदास करदे सी ते उत्थों इक सुनेहा लै के अगे वधदे सी। ये जिस तरह के हुण श्री भगवंत सिंह मान नशियां दे विरोध दे विच 35,000 बच्चों नूं लै के अरदास करन जा रहे ने ये इत्थे तक तां है बहुत शलाघायोग है। इहदे नाल इक चेतना भी पैदा होएगी लोकां दे विच भी जाएगा विद्यार्थियों भी जाएगा समाज दे विच भी इक सुनेहा जाएगा ते जिथों तक इहनूं तैयार करन वाले ने उह ही पुलिस अधिकारी ने जिन्हों बारे दसाया गया सरदार नौ निहाल सिंह जी सी पी जे कि ईमानदारी उन्होंने मनी जा रही उन्होंने वालों इस तरह का एक आइडिया दिता गया तो यू अमल के लिया जा रहा है। इस तो पहला भी कई पुलिस अधिकारी सियाने पुलिस अधिकारी इस तरह के कार्ज भी करते रहे जिस तरह कि उन्होंने साइकिल रेस या इस तरह का खेडों के वालों प्रेरित करने के लिए नौजवानों यूथ न तैयार करते जो नशे तो असी निजात पा सकी क्योंकि नशिया ने पंजाब नूं टोटली बर्बादी दे राह तोड़ दिता है। पंजाब दे विच उजाड़ा हो रहा है पंजाब दी नौजवानी खत्म हो रही है प्रवास इहदे नाल प्रफुल्लित हो गया पंजाब दे विचों जा रहे ने बच्चे जिहड़े बच्चे इत्थे टैलेंटड सी इन्हां ने कम करना सी उह भी बाहर जा रहे ने ते दूसरा इस दे नाल क्राइम बहुत जुड़ गए ने जिहड़े कि क्राइम पंजाब दी आर्थिकता नूं भी तबाह कर रहे ने पंजाब दे समाजिक रिश्तियां नातियां दे विच भी बड़ी तरह ग्रस्त हो चुके है। इन्हां नूं रोकण दे लई पंजाब दे विच इक चेतना पैदा करन दी जरूरत है जिहदे लई उन्हां ने विद्यार्थियों नूं चुनिया इह संदेशा तां बहुत वधिया जाएगा परंतु दूसरा जिहड़ा इहदे नाल जिहड़ी गल इह है भी जिवें मैं सुनी है पहले पैनलिस्टां ने टिप्पणीकारां ने टिप्पणियां कीतियां ने उन्होंने मसले कई उभारे ने भी कल्ली पंजाब नूं सिर्फ हुण रब आसरे छड्ड दित्ता गया तो फिर सरकार की जरूरत है जी। जिथों तक कि बिल्कुल ठीक है पंजाब सरकार जिहड़े राजसी फैसले लेने ने वह तो सरकार ने लेने ने अते दूसरा जिहड़ा पंजाब पुलिस ने काम करना है उन्होंने भी अपना निरपक्षता दे नाल नशियां नूं खत्म करन दे लई अपनी ड्यूटी निभाउणी है। हुण सामने यह आ रहा कि पंजाब पुलिस के छोटे कर्मचारी नहीं बड़े अधिकारी भी ये शामिल हो चुके हैं चिट्टे दे विच जिवें जिस तरह भगौड़े हुए ने जिवें गल चली है कि एक व्यक्ति भगौड़ा होया होया परंतु हाई कोर्ट के
पहुंच कर रहा है, अपने वकालतनामे साइन कर रहा है तो उतों उन्होंने बेल मिल जाती है। ये पक्ष भी एक सोचने वाली गल है भी नशियां दा जिहड़ा गैंग ने जे जिहड़े नशेकार ने जिहड़े तस्कर ने उन्हां दीआं जिहड़ा किड्डियां डूंघियां हो चुकियां ने। किसी वेले यह हुंदा सी समाज दे विच जे कोई तस्कर सी जां नशा करन वाले जां वेचण वाले हुंदे सी उन्हां नूं समाज पूरी तरह मानता नहीं सी दिंदा, उन्हां बारे हकारत दी नज़र नाल देखते सी, समाज मानता नहीं सी दिंदा। परंतु हुण अज हालत यह है ये नशा तस्करां दे नाल जुड़े हुए जिस तरह के देख लो तुसी, चाहे वह खेड क्लबां दे विच होण, सारियां च नहीं मैं कहूँगा, कुछ जगह ते ते धार्मिक खेत्रां दे विच, समाजिक खेत्रां दे विच, ईवन के अकादमिक खेत्रां दे विच भी उन्हां दी रसाई हो चुकी है। वह स्टेजां दे उपर बैठे होणगे जां उह समागमां दी प्रधानगियां कर रहे होणगे जिन्हां दा समाज दे विच कोई इस तरह का किरदार अच्छी छवि नहीं होगी। ते तीजी गल वह पोलीटिशनां दे नाल उन्हां दी बड़ी नेड़ता होएगी, बहुत बड़ी नेड़ता होएगी। कारण की है, क्योंकि नशियां तों पैसा है, पैसे दे नाल उह फंडिंग करदे ने, हरेक पासे नूं फंडिंग करके इस तरह की नशे दे विच पूरी तरह उन्होंने गलतान कर दिया। बहुत ही अहम नुक्ता छेड़िया, वह यह है कि ये जो नशा तस्कर ने उन्होंने मानता मान सम्मान दवाउण दे विच अहम भूमिका है सियासतदाना की। सियासतदाना की भूमिका करके वह उच्चे अहुदिया ते चले जाते हैं, जो उन्हों का रुतबा उच्चा हो जाता है, तो वह खेड मुकाबलिया दे विच टूरनामेंटा दे विच मुख मेहमान के तौर पर बैठे होंगे ने, तो खिडारियों उ जिहड़ा है मान सम्मान कप दिंदे है। तो यह भी बहुत सोचने वाली गल है, यह जे मान सम्मान साढ़े ही लोग दे रहे ने इस उत्ते बचना चाहिए। हाँ जी पासी साहब, तो जिहड़ी जिहड़ी सियासी पार्टी ने खास तौर पर थिन साहब ने भारतीय जनता पार्टी तो ऐसे गौरव संधू कांग्रेस तो ने, वह कह रहे ने कि यह सारा सियासी स्टंट है। हाँ जी पासी साहब, तुसी की कहना चाहोगे? पार्टियां जिन्हां दी सरकारां समें आ जिहड़ा नशे दा बट ब्रिज बनिया पैदा होया बलिया फूलिया, पर इन्हां दीआं सरकारां समें इंद्रजीत सिंह राजजीत सिंह वर्गियां नूं प्रमोशनां ते प्रमोशनां मिलियां। इंद्रजीत दी हिस्टरी तुसीं देखोगे, मैं इस नशे दा पूरे पंजाब पूरे हिंदुस्तान पूरे ग्लोबल पूरे वर्ल्ड दे विच परेशान करन वाला मुद्दा है। लेकिन इन्हां दीआं सरकारां समें लगातार उन्हां नूं प्रमोशनां दे नाल नाल पुश्तपनाही हुंदी रही है इन्हां दे लीडरां दे विच। इक मैं होर दसदा, मैं शशिकांत जी ने उस वक्त दे विच 6 लीडरां दे नाम बोले सी, और उस टाइम जिहड़ी थिंद साहब दी पार्टी दे भाईवाल सी उन्हां दे 5 लीडर सी, ओ हाईकोर्ट दे विच लिस्ट भी गई हुई है। और तीसरी चीज अहम चीज कि बीजेपी दे पोर्ट है जिहड़ा अडानी साहब दे खास है, उन्होंने पोर्ट तो सब तो वड्डी खेप अज तक की बरामद हुई है, कोई एक्शन नहीं लिया। इन्होंने की गल कही है गौरव संधू जी ने और थिंद साहब ने, कहिंदे जी सरकार हथ खड़े कर गई, असी नशियां दे उत्ते हर तरह नाल असी अटैक करना चाहते हैं, उहदे लई बच्चों नूं भी जागरूक करना जरूरी है, बच्चों नूं हरिमंदर साहब दे उत्ते नतमस्तक करवा रहे हैं, बच्चों नूं उत्थों प्रे करवा रहे हैं, बच्चों नूं पलेज करवा रहे हैं कि आपां नशियां वल नहीं जाणा। इह सरकार दा हथ खड़ा करना हो गया, असी तां प्रे पलेज एंड प्ले दी जिहड़ा सूत्र दे रहे हैं, फिर तां इहदा मतलब इह होया वी कोविड दे सारे बच्चों नूं अध्यात्म दे नाल नाल श्री हरिमंदर साहब के नतमस्तक कराने के नाल नाल बच्चों जिहड़ी आ कसम गवाई जाएगी कि असीं नशियां वल नहीं जाणा। यह जिदा भगवंत जी ने कहा, भगवंत सिंह जी ने कहा, रतला साहब ने कहा, यह शलाघा योग है, घट्टो घट विरोध करन दे लई इन्ने क छोटे शब्द ना यूज करो कि जी तुसीं तां देखो जी ये ड्रामा कर रहे हैं, तुसीं जिहड़े फिर चले थोड़े राहुल गांधी जी भांडे मंजन गए सी हरिमंदर साहब, वो ड्रामा सी गौरव संधु जी। पर मैं थिंद साहब नूं पुछदा जिहड़े तुहाडे दिल्ली तों आके लीडर, मेरी मैं इन्हां नूं दसना चाह रहा कि राजनीतिक जिहड़ी सोच है ना, जिहड़ा नशियां दा मुद्दा दर्शक जी, यह पूरे दुनिया दे विच परेशान कर रहा, हिंदुस्तान दे विच। मैं नहीं कह रहा, नैशनल एनसीआरबी की रिपोर्ट है, 70% बढ़ोतरी हुई है पूरे हिंदुस्तान दे विच, जिथे जिथे इन्हां दीआं सरकारां, हुण इन्हां ने छत्तीसगढ़ की गल की सी, उत्थे किहनां दी सरकार है, आम आदमी पार्टी दी है क्या, जिथों नशा लैके आ रहे सी, राजस्थान के आम आदमी पार्टी की है, हरियाणा के खुद मनोहर लाल खट्टर जी की बयान है कि 10 जिले साडे बुरी तरह प्रभावित हो रहे हैं। जो तुम दोष लगा रहे हैं वह आपकी जगह से ठीक ने, संधु साहब थोड़ी गल का कुछ जवाब देना चाहते हैं। हाँ जी संधु साहब,
देखो मैं एज ए पहली गल समाज से भी आया कि मैं एक पार्टी जरूर रिप्रजेंट करता, चलो तुम कांग्रेस का कहता हूं मैं थोड़ा जि डिफेंड भी करा तो इन्हों का कच्चा चिट्ठा भी खोलांगा। पहले मैं कैप्टन अमरिंदर सिंह की सरकार जी उदों के वो मुख्यमंत्री से उन्हों का भी आप चिट्ठा खोलिया वादे किए जी। देखो पहली गल तो मैनू नहीं समझ लगी भी एडा तिल मिलाने वाली की गल सी, झूठा बंदा जिहड़ा है ना जिहदे अंदर खोट होए वह ए गुस्से च आके तिल मिला के जवाब देंदा, असी तो बड़े शांति नाल गल कर रहे हैं। मैं कोई भगवंत मान की सरकार नूं नहीं कहा, मैं सारे पॉलिटिशियन नूं कहा। हुण मैं कहण लगा कहिंदे भी इहनां की गलत कर लिया, कहिंदे नहीं कितें कुंज कर रहे ने, 35,000 बच्चे नूं तां लैके जा रहे हो, जिहड़ा बंदा मोहरी बन के लैके जा रहा कि उहने नशा छड्डिया होया है, आप मैनूं इह दस्सिओ कि बच्चिआं नूं शिक्षा देगा, पहले मैनूं इक्को गल दस दिओ कि उत्थे सौं खाएगा जाके भी मैं अज तो शराब नहीं पीवांगा, जिहने मां की सौं खा के भी मैं जिंदगी च कदी शराब नहीं पीवांगा, शराब छड्डती ते उहदे तों बाद च स्टेजा तों धार्मिक स्टेजा तों दमदमा साहब उहदे शराब की मुश्क आ रही थी, एक धार्मिक स्टेज तों उहनूं भजाया गया भी तेरे च शराब की स्मैल आ रही है, वह बंदा लीड कर रहा 35,000 बच्चों की बच्चे उहदे ते विश्वास करनगे जिहदा घर घर पता भी रात नूं 6 बजे दारू की बोतल खोल के एक मिनट सुन लिओ, एक मिनट मेरी गल सुन लिओ हुण जरा, मैं पहले बोलना नहीं सीगा, मैं पोलीटिकल तौर पर नहीं बोलना पर मैं हुण दसदा तुहानूं। दूजी गल जिहड़े टकवंज ने ਧਕਵੰਜ ਨੇ ਵੀ ਤੁਸੀਂ ਉੱਥੇ 2-5-6 ਕਰੋੜ ਰੁਪਈਆ ਖਰਚ ਕਰ ਦੋਗੇ ਇੱਕ ਦਿਹਾੜੀ ਦੇ ਵਿੱਚ, ਹਰ ਮਾਂ ਪਿਓ ਜਿਹੜੇ 35,000 ਬੱਚਿਆਂ ਨੂੰ ਲੈ ਕੇ ਜਾ ਰਹੇ ਹੋ, ਹਰ ਮਾਂ ਪਿਓ ਅਰਦਾਸ ਕਰਦਾ ਬੱਚੇ ਦੇ ਨਾਲ ਵੀ ਮੇਰਾ ਬੱਚਾ ਸਹੀ ਰਸਤੇ ਤੇ ਰਹੇ, ਗਲਤ ਰਸਤੇ ਤੇ ਨਾ ਜਾਏ ਜੋ ਅੱਜ ਪੰਜਾਬ ਦੇ ਹਾਲਾਤ ਨੇ। ਸੋ ਇਹਨਾਂ ਤਿਲ ਮਿਲਾਓ ਨਾ, ਤੁਸੀਂ ਸ਼ਾਂਤੀ ਨਾਲ ਜਵਾਬ ਦਿਓ, ਹਾਂ ਇਹ ਕਹੋ ਵੀ ਨਾਕਾਮੀਆਂ ਹੈਗੀਆਂ ਨੇ ਸਰਕਾਰ ਦਰੁਸਤ ਕਰੇਗੀ, ਤੁਸੀਂ ਤਾਂ ਐਂ ਭੜਕ ਉੱਠੇ ਹੋ ਏਦਾਂ ਝੂਠ ਨੂੰ ਜਿਹੜਾ ਹੈ ਤੁਸੀਂ ਸੱਚ ਨੂੰ ਬਰਦਾਸ਼ਤ ਹੀ ਨਹੀਂ ਕਰ ਪਾਏ, अपना जवाब दो, पुराने का बहुत गलत संधु साहब नूं मैं दसना चाह रहा कि पहला भी उन्होंने समाज सेवक के तौर पर गल्लां नहीं सी कीतियां, पहला भी राजनीतिक विरोधी के तौर पर गल्लां कीतियां सी, और मैं तिल मिलाया नहीं सी, मैं तुहाडी गल्लां दा जवाब दिता सी, तुसीं तिल मिला गए सी क्योंकि तुहाडा झूठ पकड़ा गया सी कि तुसीं समाज सेवक दी बुक्कल दे विच इक राजनीतिक लीडर बन के आए सी, बुक्कल मार ली तुसीं समाज सेवक दी गल्लां कर रहे सी कांग्रेस दी, हुण दूसरी सुनो मेरी गल्लां दा, तुसीं भगवंत मान जी दी उंगल चक्की है, तुसीं पंजाब भगवंत मान जी दी उंगल वी चक्की, ਉਹਨਾਂ ਦੇ ਜਿਹੜੀ ਸ਼ਰਾਬ ਬਾਰੇ ਆ ਨਾ ਤੁਸੀਂ ਬਹੁਤ ਭੰਡੀ ਪ੍ਰਚਾਰ ਕੀਤਾ ਸੀ ਇਲੈਕਸ਼ਨ ਦੇ ਵਿੱਚ, ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਨਕਾਰਤਾ ਸੀ, ਭਗਵੰਤ ਮਾਨ ਜੀ ਦੇ ਨਾਂ ਤੇ 92 MLA ਜਿੱਤ ਕੇ ਦਿੱਤੇ ਆ, ਪੂਰੇ ਪੰਜਾਬ ਨੇ ਭਗਵੰਤ ਮਾਨ ਜੀ ਨੂੰ ਆਪਣਾ ਮੁੱਖ ਮੰਤਰੀ ਮੰਨਿਆ, ਤੁਸੀਂ ਇਹ ਪੰਜਾਬ ਦੀ ਵੀ ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਵੀ ਜਿਹੜਾ ਇੱਕ ਅਪਮਾਨ ਕਰ ਰਹੇ ਹੋ। ਸੌਰਵ ਸੰਧੂ ਜੀ ਮੈਂ ਤਿਲ ਮਿਲਾ ਨਹੀਂ ਰਿਹਾ, ਮੈਂ ਤੁਹਾਡੀ ਗੱਲਾਂ ਦਾ ਜਵਾਬ ਦੇ ਰਿਹਾ, ਪਹਿਲਾਂ ਵੀ ਮੈਂ ਤੁਹਾਨੂੰ ਬੜੇ ਤਰੀਕੇ ਨਾਲ ਜਵਾਬ ਦੇ ਰਿਹਾ ਸੀ, ਕਾਰਨ ਹੈ ਕਿ ਤੁਸੀਂ ਜਿਹੜਾ ਹੈ ਨਾ ਅੱਜ ਪੰਜਾਬ ਦੇ ਲੋਕਾਂ ਦਾ ਵੀ ਅਪਮਾਨ ਕਰ ਰਹੇ ਹੋ। ਠੀਕ ਹੈ ਪਾਸੀ ਸਾਹਿਬ, दर्शक साहब गल है कि आम आदमी पार्टी की खासियत जो इन्हें जवाब नहीं ना मिलता तो यह दूसरे के उत्ते इल्जाम इस तरह लाते हैं कि जिदा इन्होंने उत्ते करप्शन की गल आती अपने आप शहीद आजम भगत सिंह की औलाद दसने लग पे ने, जां फिर हुण जदों गल कीती सी अरदास दी दरबार साहब दी तां इह जग दूसरे लीडरां दी आस्था दे उत्ते सवाल चुकण लग पए तुहाडे लीडर क्यों मत्था टेकण जांदे ने, सो उह आस्था दी गल, सो इस करके अपने उत्ते गलतियां दे उत्ते पर्दा पाउण दे लई इह इस तरह दी हरकतां करनियां शुरू कर देंदे ने। हुण इहनां ने गल कीती कि तुहाडी सरकार वाले 5 लीडरां दे नां जिहड़े कोर्ट दे विच लै गए, जनाब तुसीं 5 चों 1 नूं अरैसट कीता, 5 दे खिलाफ 1 दे खिलाफ सर्च वारंट लिआंदा जां उहनां नूं तफ्तीश कीता, आप तो तुसी कोई काम किया नहीं, गल तुसी करदे हो नशा विरोध खत्म करन दी, तुहाडी जिहड़ी सरकार जिहड़ी तुसी गल करदे अडानी पोर्ट दे उत्ते जिहड़ा इन्ना वड्डा नशा फड़िया गया सर, वह पंजाब पुलिस कल्ली दी जिम्मेदारी नहीं सी, वह इंटर स्टेट पुलिस दी 4 स्टेटां दा विच काफला चल रहा सीगा तां जाके उह सफलता मिली, इंटेल किसी होर स्टेट दी सी, उस तों बाद तुसी गल कीती भगवंत मान साहब पंजाब हित्ती गल्लां करदे ने, साहब भगवंत मान साहब पंजाब च रहिंदे कदों ने, अरविंद केजरीवाल दे पायलट बन के पंजाब दे खर्चे दे उत्ते जहाज लै के तुसी दूजे सूबे च तुरे जांदे हो, पंजाब दे लई तुहाडे कोल टाइम नहीं हैगा, वंडेटा पॉलिटिक्स दे लई तुसी करदे हो, हुणे हुणे हाई कोर्ट च मनप्रीत बादल नूं जिहड़ी बेल मिली आ तुहानूं किन्नी वड्डी फटकार मिली आ विरोधियां दे उत्ते, जिन्हां नूं तुसी नशे दे तस्कर कह रहे हो उहनां चों इक वी वड्डा लीडर तुसी फड़िया नहीं, जिन्हां नूं फड़दे हो उहनां नूं झूठे किस्सां च फड़दे हो बेल तुहाडे मिल जांदी है, अपने तुहाडे जिहड़े हैगे आ मैं तां कहूंगा अरदास वासी साहब जा रहे ने, अरदास शराब नीति ते वी कर लिओ, जिहड़ी शराब नीति दे लई तुहाडे मनीष सिसोदिया जी जेल च ने
ਤੁਹਾਡੇ ਸੰਜੇ ਸਿੰਘ ਜੇਲ੍ਹ 'ਚ ਨੇ, ਹੋਰ ਜਿਹੜੇ ਤੁਹਾਡੇ ਕਈ ਲੀਡਰਾਂ ਦੇ ਕੋਲ, ਪੰਜਾਬ ਦੇ ਲੀਡਰਾਂ ਦੇ ਕੋਲ ਪੁੱਛਗਿੱਛ ਹੋ ਰਹੀ ਆ। ਸੋ ਤੁਸੀਂ ਜਦੋਂ ਆਪ ਇੱਕ ਬਹੁਤ ਵੱਡੀ ਸ਼ਰਾਬ ਘੁਟਾਲੇ ਦੇ ਵਿੱਚ, ਨਸ਼ੇ ਘੁਟਾਲੇ ਦੇ ਵਿੱਚ, ਤੁਹਾਡੀ ਪੂਰੀ ਪਾਰਟੀ ਦਾ ਆ ਗਿਆ। ਸੁਪਰੀਮ ਕੋਰਟ ਨੇ ਕਿਹਾ ਹੈ, ਔਰ ਹੁਣੇ ਕੱਲ ਈਡੀ ਨੇ ਤੁਹਾਡੀ ਪਾਰਟੀ ਨੂੰ, ਅੱਜ ਤੱਕ ਕਦੀ ਕਿਸੇ ਪਾਰਟੀ ਨੂੰ ਧਿਰ ਨਹੀਂ ਸੀ ਬਣਾਇਆ ਗਿਆ, ਆਮ ਆਦਮੀ ਪਾਰਟੀ ਨੂੰ ਸੁਪਰੀਮ ਕੋਰਟ ਦੇ ਨੇ ਧਿਰ ਬਣਾਤਾ, ਨਸ਼ੇ ਜਿਹੜੀ ਸ਼ਰਾਬ ਨੀਤੀ ਹੈ। ਸੋ ਤੁਹਾਡੀ ਪਾਰਟੀ ਆਲਰੇਡੀ ਨਸ਼ੇ ਵੇਚਣ ਦੇ ਵਿੱਚ ਜਿਹੜੇ ਘੁਟਾਲੇ 'ਚ ਆਈ ਹੋਈ ਹੈ, ਤੁਸੀਂ ਗੱਲ ਕਰ ਰਹੇ। ਸੋ ਇਸ ਕਰਕੇ ਡਰਾਮੇਬਾਜ਼ੀ ਕਰ ਰਹੇ ਹੋ, ਬਖਲਾਓ ਨਾ। ਠੀਕ ਹੈ, ਅਸੀਂ ਵੀ ਚਾਹੁੰਦੇ ਪੰਜਾਬ ਨਸ਼ਾ ਮੁਕਤ ਹੋਵੇ, ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਹਾਡੀਆਂ ਨੀਤਾਂ ਕੀ ਨੇ ਉਹ ਰੱਬ ਜਾਣਦਾ ਹੈ। ਸੋ ਇਸ ਕਰਕੇ ਤੁਸੀਂ ਬਖਲਾਇਆ ਨਾ ਕਰੋ, ਜਿਹੜੀ ਗੱਲ ਦੋਸ਼ਣਬਾਜ਼ੀ ਇਲਜ਼ਾਮ ਲਾਉਣੇ, ਤੁਸੀਂ ਤੁਹਾਨੂੰ ਪੌਣੇ 2 ਸਾਲ ਹੋ ਚੁੱਕੇ ਨੇ, ਕਰੋ ਅੰਦਰ, ਕੌਣ ਰੋਕ ਰਿਹਾ ਤੁਹਾਨੂੰ ਜਿਨ੍ਹਾਂ ਦੇ ਨਸ਼ਿਆਂ ਦੇ ਵਿੱਚ ਨੇ, ਕਰੋ ਸਰਚਾ, ਕਰੋ ਮਾਰੋ ਛਾਪੇ, ਕਿਸੇ ਨੂੰ ਰੋਕੋ ਤਾਂ ਸਹੀ, ਕਿਸੇ ਨੂੰ ਅਰੈਸਟ ਤਾਂ ਕਰੋ। ਪਾਸੀ ਸਾਹਿਬ ਦਾ ਜਵਾਬ ਦਿੰਦੇ ਆ, ਇੱਕ ਮਿੰਟ ਦੇ। ਹਾਂਜੀ ਪਾਸੀ ਸਾਹਿਬ, ਮੈਂ ਇਹਨਾਂ ਨੂੰ ਇਹ ਦੱਸਣਾ ਚਾਹ ਰਿਹਾ ਕਿ ਸਾਡੀ ਪਾਰਟੀ ਨਾਲ ਤਿਲ ਮਿਲਾ ਰਹੀ ਹੈ, ਨਾ ਕਿਸੇ ਨੂੰ ਬਖਸ਼ ਰਹੀ ਹੈ। ਜਿਹੜੀ ਉਹ ਲਿਸਟ ਹੈ ਉਹ ਹਾਈਕੋਰਟ ਦੇ ਵਿੱਚ ਪੈਂਡੀ ਹੈ, ਹਾਈਕੋਰਟ ਨੇ ਡਿਸੀਜਨ ਕਰਨਾ ਉਸ ਤੇ, ਸਮਝ ਲਿਆ ਕਰੋ। ਦੂਸਰੀ ਚੀਜ਼, ਤੁਹਾਡੀ ਕੇਂਦਰ ਦੀ ਸਰਕਾਰ ਨੇ ਜਿੱਥੇ ਦੁਨੀਆ ਦਾ ਸਭ ਤੋਂ ਵੱਧ ਨਸ਼ਾ ਪਕੜਿਆ ਗਿਆ ਅਡਾਨੀ ਪੋਰਟ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਅੱਜ ਤੱਕ ਅਡਾਨੀ ਪੋਰਟ ਤੇ। ਤੀਸਰੀ ਚੀਜ਼ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਯੂਪੀ ਦੇ ਵਿੱਚ ਤੁਹਾਡੀ ਸਰਕਾਰ ਹੈ, ਅੱਜ ਨਸ਼ਿਆਂ ਦੀ ਹਾਲਤ ਦੇ, ਪੰਜਾਬ ਦੀ ਗੱਲ ਕਰੋ, ਤੁਸੀਂ ਪੰਜਾਬ ਦੀ ਗੱਲ ਕਰੋ ਨਾ ਕਰੋ, ਹੁਣ ਇੰਟਰਪਟ ਕਰਕੇ ਤਿਲ ਮਿਲਾਓ ਨਾ, ਵਿੱਚ ਇੰਟਰਪਸ਼ਨ ਨਾ ਕਰੋ। ਹੁਣ ਸੁਣੋ ਜਵਾਬ, ਤੁਹਾਡੀ ਜਿਹੜੀ ਤੁਸੀਂ ਕਰਪਸ਼ਨ ਦੀ ਗੱਲ ਕਰ ਰਹੇ ਹੋ, ਤਾਂ ਤੁਹਾਡੇ ਵਿਸ਼ਵ ਸ਼ਰਮਾ, ਤੁਸੀਂ ਬੀਜੇਪੀ ਨੇ ਬੁਕਲੈਟ ਵੰਡੀ ਸੀਗੀ, ਤੁਹਾਡੇ ਤਾਂ ਗੰਗਾ ਜਲ ਚੱਕਿਆ ਹੋਇਆ, ਪਵਿੱਤਰਮ ਪਵਿੱਤਰਮ ਕਰਕੇ ਹਰ ਕਰਪਟ ਬੰਦੇ ਨੂੰ ਤੁਸੀਂ ਆਪਣਾ ਦਾਅਵਾ ਲਾ ਦਿੰਦੇ ਹੋ, ਤੁਹਾਡੇ ਛੱਡ ਛੱਡ ਕੇ ਵੀ ਭੱਜਣ ਲੱਗੇ। ਸੋ ਇਸ ਕਰਕੇ ਦੇਖੋ ਭਗਵੰਤ ਜੀ, ਤੁਸੀਂ ਇਹ ਸਿਆਸੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸੀ, ਉਹਨਾਂ ਦੀ ਗੱਲਬਾਤ ਸੁਣੀ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਨਸ਼ੇ ਖਤਮ ਹੋਣੇ ਚਾਹੀਦੇ ਆ। ਤੁਹਾਡੀ ਲਾਸਟ ਟਿੱਪਣੀ ਦਰਸ਼ਕ ਜੀ, ਜਿਸ ਤਰ੍ਹਾਂ ਰਾਜਸੀ ਪਾਰਟੀਆਂ ਦੇ ਲੀਡਰਾਂ ਨੇ ਆਪੋ ਆਪਣੀ ਪਾਰਟੀ ਦਾ ਏਜੰਡਾ ਵੀ ਪੇਸ਼ ਕੀਤਾ ਤੇ ਆਪਣਾ ਬਚਾਓ ਵੀ ਕੀਤਾ ਤੇ ਥੋੜਾ ਅਟੈਕ ਵੀ ਕੀਤਾ, ਜਿੱਥੋਂ ਤੱਕ ਲੋੜ ਹੈ ਕਿ ਪੰਜਾਬ ਦੇ ਵਿੱਚ, ਕਿਉਂਕਿ ਨਸ਼ੇ ਸਭ ਤੋਂ ਵੱਡਾ ਇੱਕ, ਜੇ ਕਿਹਾ ਜਾਵੇ ਅੱਜ ਸਭ ਤੋਂ ਵੱਡੀ ਬਿਮਾਰੀ ਆ ਪੰਜਾਬ ਦੇ ਵਿੱਚ, ਜੇ ਇਹਨੂੰ ਖਤਮ ਕਰ ਲਿਆਂਗੇ ਤਾਂ ਅਸੀਂ ਪੰਜਾਬ ਨੂੰ ਮੁੜ ਕੇ ਰੰਗਲਾ ਪੰਜਾਬ ਬਣਾ ਸਕਦੇ ਹਾਂ। ਇਹਦੇ ਲਈ ਜ਼ਰੂਰਤ ਹੈ ਸਾਰੀਆਂ ਧਿਰਾਂ ਨੂੰ ਆਪਣੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇਹਦੇ ਲਈ ਬਿਨਾਂ ਰਾਜਨੀਤੀ ਕੀਤੇ ਆ ਤੇ ਨਸ਼ਿਆਂ ਦੇ ਨੂੰ ਨੱਥ ਪਾਉਣ ਦੇ ਲਈ ਇੱਕ ਅਜਿਹੀ ਪਾਲਿਸੀ ਬਣਾਉਣ ਦੀ ਜ਼ਰੂਰਤ ਹੈ ਜਿਹਦੇ ਲਈ ਪਹਿਲ ਕਦਮੀ, ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਸਰਕਾਰ ਨੂੰ ਇਹਦੇ ਲਈ ਰਾਜਸੀ ਫੈਸਲੇ ਲੈਣੇ ਜ਼ਰੂਰੀ ਨੇਗੇ। ਰਾਜਸੀ ਫੈਸਲਾ ਇਹ ਹੈ ਬਈ ਜਿਹੜੇ ਨਸ਼ਾ ਤਸਕਰ ਨੇ ਜਾਂ ਉਹਨਾਂ ਦੀ ਡਿਟੈਕਸ਼ਨ ਹੁੰਦੀ ਹੈ ਜਾਂ ਜਿਹਨਾਂ ਬਾਰੇ ਪਤਾ ਲੱਗਦਾ ਹੈ ਤਾਂ ਜਾਂ ਫੜੇ ਜਾਂਦੇ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਵੱਡੀ ਇੱਕ ਪਾਲਿਸੀ ਬਣਾਈ ਜਾਵੇ, ਉਹਨਾਂ ਦੀਆਂ ਪ੍ਰੋਪਰਟੀਆਂ ਜ਼ਬਤ ਕੀਤੀਆਂ ਜਾਣ, ਉਹਦੇ ਲਈ ਇੱਕ ਐਸੀ ਪਾਲਿਸੀ ਹੋਵੇ ਵੀ ਜਿਹੜੇ ਨਸ਼ਾ ਤਸਕਰ ਨੇ। ਭਗਵੰਤ ਸਿੰਘ ਜੀ, ਵੈਸੇ ਬਹੁਤ ਸਾਰੀ ਜਿਹੜੀ ਆਪਾਂ ਪਾਰਟੀਆਂ ਦੇ ਜਿਹੜੇ ਆਪਣੇ ਇਹ ਨਸ਼ਾ ਤਸਕਰ ਨੇ, ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਵੀ ਹੋ ਰਹੀਆਂ ਨੇ। ਲਾਸਟ ਟਿੱਪਣੀ, ਇੱਕ ਮਿੰਟ, ਰਤੜਾ ਸਾਹਿਬ। ਦਰਸ਼ਕ ਸਾਹਿਬ, ਬੜੀ ਜ਼ਬਰਦਸਤ ਜਿਹੜੀ ਹੈਗੀ ਹੈ ਅੱਜ ਬਹਿਸ ਸੁਣਨ ਨੂੰ ਮਿਲੀ ਹੈ। ਚਲੋ ਵਿੱਚ ਵਿੱਚ ਕਿਤੇ ਨਿੱਜੀ ਹਮਲੇ ਵੀ ਹੋ ਗਏ ਪਾਰਟੀਆਂ ਦੇ ਆਪਸ ਵਿੱਚ, ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਸਵਾਲ ਹਮੇਸ਼ਾ ਹੀ ਜਿਹੜੀ ਸੱਤਾ ਧਿਰ ਪਾਰਟੀ ਦੇ ਨੁਮਾਇੰਦੇ ਹੁੰਦੇ ਆ ਉਹਨਾਂ ਨੂੰ ਹੀ ਕੀਤੇ ਜਾਣੇ ਹੁੰਦੇ ਆ। ਜਿਹੜੀਆਂ ਪਿਛਲੀਆਂ ਸਰਕਾਰਾਂ ਜੇ ਉਹ ਇੰਨੀਆਂ ਚੰਗੀਆਂ ਹੁੰਦੀਆਂ ਤੇ ਉਹ ਫਿਰ ਸੱਤਾ ਤੋਂ ਬਾਹਰ ਕਾਹਤੋਂ ਹੁੰਦੀਆਂ। ਇਸ ਕਰਕੇ ਪ੍ਰੈਜੈਂਟ ਸਰਕਾਰ, ਵਰਤਮਾਨ ਜਿਹੜੀ ਸਰਕਾਰ ਹੈ, ਉਹਦੇ ਕੋਲੋਂ ਹੀ ਸਵਾਲ ਲੈਣੇ ਹੁੰਦੇ ਆ ਤੇ ਉਹਨਾਂ ਨੇ ਸਮੱਸਿਆਵਾਂ ਦੇ ਹੱਲ ਕਰਨੇ ਹੁੰਦੇ ਆ, ਨੰਬਰ 1। ਨੰਬਰ 2, ਮੈਂ ਇਹ ਕਹੂੰਗਾ ਕਿ ਜਿੱਥੇ ਭਗਵੰਤ ਮਾਨ ਸਾਹਿਬ ਇੰਨਾ ਸ਼ੁਭ ਕੰਮ ਕਰ ਰਹੇ ਹੈਗੇ ਆ ਬੱਚਿਆਂ ਨੂੰ ਨਾਲ ਲੈ ਕੇ, ਉੱਥੇ ਜਿਹੜੇ ਬਾਕੀ ਸਕੂਲਾਂ ਦੇ ਬੱਚੇ, ਸਾਰੇ ਪੰਜਾਬ ਦੇ ਵਿੱਚ ਹੀ ਕੱਲ ਜਿਹੜੀ ਮਾਰਨਿੰਗ ਸਭਾ ਹੁੰਦੀ ਹੈ ਸਵੇਰ ਦੀ ਸਭਾ, ਉਹਦੇ ਵਿੱਚ ਕਿਉਂ ਨੀ ਵੱਡੇ ਬੱਚੇ ਜਿੰਨੇ ਵੀ 8ਵੀਂ ਤੋਂ ਉੱਪਰ ਵਾਲੇ ਬੱਚੇ ਆ ਉਹਨਾਂ ਨੂੰ ਸਭ ਨੂੰ ਇੱਕ ਇਸ ਤਰ੍ਹਾਂ ਦਾ ਜਿਹੜਾ ਇੱਕ ਮੈਸੇਜ ਆ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ, ਉਹ ਇੱਕ ਮਤਲਬ ਸ਼ੇਅਰ ਕੀਤਾ ਜਾਵੇ ਤਾਂ ਕਿ ਉਹ ਬੱਚੇ ਵੀ ਨਾਲ ਹੀ ਅਰਦਾਸ ਕਰਨ ਔਰ ਉਹ ਇੱਕ ਕਸਮ ਖਾਣ ਕੇ ਅਸੀਂ ਕਦੇ ਵੀ ਜਿਹੜਾ ਹੈਗਾ ਨਸ਼ੇ ਵਾਲੇ ਪਾਸੇ ਨਹੀਂ ਜਾਵਾਂਗੇ। ਹੈਗੀ ਆ ਇੱਕ ਮੇਰਾ ਛੋਟਾ ਜਿਹਾ ਸੁਜੈਸ਼ਨ ਹੈ, ਪਿੱਛੇ ਜਿਹਾ ਭਗਵੰਤ ਮਾਨ ਸਾਹਿਬ ਨੇ ਇੱਕ ਸਮਾਗਮ ਵਿੱਚ ਕਿਹਾ ਸੀਗਾ ਕਿ ਅਸੀਂ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ। ਅਗਰ ਸੜਕਾਂ ਦੇ ਉੱਪਰ ਨਸ਼ਾ ਕਰਕੇ ਤੇਜ਼ ਡਰਾਈਵਿੰਗ ਜਾਂ ਰੈਸ਼ ਡਰਾਈਵਿੰਗ ਕਰਨ ਵਾਲੇ ਡਰਾਈਵਰਾਂ ਨੂੰ ਅਗਰ ਇਹ ਸਰਕਾਰ ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਜੁਰਮਾਨਾ ਕਰ ਦੇਵੇ ਤੇ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਸਾਡੇ ਸੜਕਾਂ ਦੇ ਉੱਪਰ ਕਾਨੂੰਨ ਵੀ ਬਣੇ ਹੋਏ ਨੇ, ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼ਰਾਬ ਉਸੇ ਤਰ੍ਹਾਂ ਪੀਤੀ ਜਾਂਦੀ ਹੈ,
उस तरीके तेज गड्डिया भी चलाई जाती ने। असल सिस्टम ही इस तरह बनया हुआ है, इस सिस्टम नूं सुधार की बहुत ज्यादा जरूरत है। जे सिस्टम सुधरिया हुआ हुंदा तो साडे पंजाब दे विच इस तरह नशे चिट्टे वर्गे आउंदी ना, असी साढ़े नौजवान बच जाते। रतना साहब, भगवंत सिंह जी, संधु साहब, पासी साहब ते छिंद साहब, तुसी सारे ने अपने अपने विचार पेश किए, पर असी अरदास नूं भी करते हैं कि साढ़े पंजाब दे विचों इह चिट्टा खत्म होना चाहिए, यह नशे खत्म होने चाहिए है। तो इस जिहड़ी भगवंत मान सरकार हुण अरदास करन जा रही है, उस नूं फल लगने चाहिए है, उसका चंगा रिजल्ट सामने आना चाहिए है, तो साढ़े नौजवान बचने चाहिए है। साढ़े दर्शक भी इस प्रोग्राम नूं लगातार देखते रहते हैं, इस चर्चा नूं देखते रहते हैं, इस चर्चा नूं आपां रोजाना की तरह कहने भी यह खुंड चर्चा बनाते हैं। कल नूं किसी नवे विषय के नाल फिर रूबरू होवांगे, उदों तक मैनूं दे आग्या, सत श्री अकाल। चर्चा